ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਕਈ ਸਾਰੇ ਵਿਸ਼ੇ ਜਦ ਮਸਲੇ ਬਣ ਜਾਂਦੇ ਹਨ ਤਾਂ ਇਸ ਮੰਚ ਦੇ ਉੱਤੇ ਉਹਨਾਂ ਦੀ ਆਵਾਜ਼ ਔਰ ਉਹਨਾਂ ਮਸਲਿਆਂ ਦੇ ਉੱਤੇ ਕੀ ਕੁਝ ਪ੍ਰਤੀਕਰਮ ਨਿਕਲ ਕੇ ਸਾਹਮਣੇ ਆ ਰਹੇ ਹਨ ਹਮੇਸ਼ਾ ਰੱਖੇ ਜਾਂਦੇ ਹਨ। ਅੱਜ ਵੀ ਇੱਕ ਅਹਿਮ ਵਿਸ਼ਾ ਜੋ ਕਿ ਇਸ ਵੀਕਐਂਡ ਦੇ ਉੱਤੇ ਉੱਠਿਆ ਔਰ ਵੱਖ ਵੱਖ ਅਦਾਰਿਆਂ ਦੇ ਉੱਤੇ ਵੱਖ ਵੱਖ ਪ੍ਰਤੀਕਰਮ ਅਸੀਂ ਉਸ ਵਿਸ਼ੇ ਦੇ ਉੱਤੇ ਵੇਖੀ। ਪਰ ਅੱਜ ਅਸਲੀ ਸਿੱਖ ਕੌਣ ਹੈ ਔਰ ਸਿੱਖ ਦੀ ਪਹਿਚਾਣ ਔਰ ਸਿੱਖ ਚਾਹੁੰਦੇ ਕੀ ਹਨ, ਸੋਸ਼ਲ ਮੀਡੀਆ ਦੇ ਕਈ ਸਾਰੇ ਪਲੈਟਫਾਰਮ ਦੇ ਉੱਤੇ ਡਿਬੇਟ ਵੇਖਦੇ ਹਾਂ ਔਰ ਉਹਨਾਂ ਡਿਬੇਟਸ ਦੇ ਉੱਤੇ ਅਸੀਂ ਵੀ ਆਪਣੇ ਪ੍ਰਤੀਕਰਮ ਕਰ ਦਿੰਦੇ ਹਾਂ, ਥੱਲੇ ਕਮੈਂਟ ਲਿਖ ਦਿੰਦੇ ਹਾਂ ਜਾਂ ਫਿਰ ਸ਼ੇਅਰ ਕਰ ਦਿੰਦੇ ਹਾਂ। ਪਰ ਕੀ ਗਰਾਊਂਡ ਲੈਵਲ 'ਤੇ ਉਹ ਇੰਪਲੀਮੈਂਟ ਹੋਣਗੇ ਕਿ ਨਹੀਂ, ਸਿਰਫ ਅਸੀਂ ਫੇਸਬੁੱਕ ਤੱਕ ਜਾਂ ਫਿਰ ਯੂਟਿਊਬ ਤੱਕ ਹੀ ਕਮੈਂਟ ਕਰਨ ਰਾਹੀਂ ਜਾਂ ਫਿਰ ਉੱਥੇ ਕਮੈਂਟ ਤੱਕ ਹੀ ਸੀਮਿਤ ਰਹਿ ਜਾਵਾਂਗੇ। ਆਪਾਂ ਹਮੇਸ਼ਾ ਕਹਿੰਦੇ ਕਿ ਸਾਨੂੰ ਇਕੱਠੇ ਚੱਲਣ ਦੀ ਲੋੜ ਹੈ, ਨਾਲ ਰਲਣ ਦੀ ਲੋੜ ਹੈ, ਕੰਮ ਕਰਨ ਦੀ ਲੋੜ ਹੈ, ਤਾਂ ਕਰਕੇ ਸਾਡੀ ਐਕਨੋਲਜਮੈਂਟ ਰਿਕੋਗਨੀਸ਼ਨ ਵਧੇਗੀ। ਇਸ ਗੱਲ ਦੇ ਵਿੱਚ ਕੋਈ ਦੁਰਾਵਾ ਨਹੀਂ ਕਿ ਸਾਡੀ ਐਕਨੋਲਜਮੈਂਟ ਅੱਜ ਜਿਸ ਮੁਲਕ, ਬੇਗਾਨੇ ਮੁਲਕ ਮੈਂ ਕਹਾਂਗਾ, ਆ ਕੇ ਅਸੀਂ ਵਸੇ, ਕਿਉਂਕਿ ਸਾਡੀ ਜਨਮ ਭੂਮੀ ਅਗਰ ਭਾਰਤ ਹੈ, ਜੇਕਰ ਅਸੀਂ ਉਸ ਮਦਰਲੈਂਡ ਦੀ ਗੱਲ ਕਰਦੇ ਹਾਂ ਤਾਂ ਜਿੱਥੇ ਸਾਡੀ ਰਿਕੋਗਨੀਸ਼ਨ, ਸਾਡੀ ਐਕਨੋਲਜਮੈਂਟ ਨੂੰ ਤਵੱਜੋ ਮਿਲਣ ਦੀ ਲੋੜ ਸੀਗੀ। ਪਰ ਅੱਜ ਇਸ ਗੱਲ ਦੇ ਵਿੱਚ ਕੋਈ ਦਰਾਵਾ ਨਹੀਂ ਕਿ ਸਾਨੂੰ ਉਹ ਐਕਨੋਲਜਮੈਂਟ ਉੱਥੇ ਨਹੀਂ ਮਿਲੀ ਜਾਂ ਫਿਰ ਉਹ ਰਿਕੋਗਨੀਸ਼ਨ ਨਹੀਂ ਮਿਲੀ ਜੋ ਸਾਡਾ ਹੱਕ ਸੀਗਾ। ਔਰ ਆ ਕੇ ਆਪਣੀ ਅਸੀਂ ਆਵਾਜ਼ ਨੂੰ ਇੱਥੇ ਬੁਲੰਦ ਕੀਤਾ ਕਿ ਚਲੋ ਇਸ ਮੁਲਕ ਦੇ ਵਿੱਚ ਆ ਕੇ ਸਾਡੀ ਰਿਕੋਗਨੀਸ਼ਨ, ਸਾਡੀ ਐਕਨੋਲਜਮੈਂਟ ਨੂੰ ਵੇਖਿਆ ਜਾਏਗਾ। ਤਾਂ ਅਸੀਂ ਜ਼ਰੂਰ ਇਸ ਗੱਲ ਨੂੰ ਵੀ ਸਮਝਦੇ ਹਾਂ ਕਿ ਅੱਜ ਕਈ ਸਾਰੇ ਵਿਸ਼ੇ ਪਿਛਲੇ ਵੀਕ ਦੇ ਵਿੱਚ ਹਾਵੀ ਹੋਏ ਔਰ ਉਹਨਾਂ ਵਿਸ਼ਿਆਂ ਦੇ ਵਿੱਚ ਸਭ ਤੋਂ ਅਹਿਮ ਵਿਸ਼ਾ ਰਿਹਾ 6 ਜੂਨ ਦਾ ਘੱਲੂਘਾਰਾ, ਜਿਸ ਘੱਲੂਘਾਰੇ ਦੇ ਵਿੱਚ ਅਸੀਂ ਵੇਖਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ। ਬਕਾਇਦਾ ਪ੍ਰੈਸ ਕਾਨਫਰੰਸ ਹੁੰਦੀ ਹੈ, ਪ੍ਰੈਸ ਕਾਨਫਰੰਸ ਦੇ ਵਿੱਚ ਵੱਖ ਵੱਖ ਆਰਗਨਾਈਜੇਸ਼ਨਸ, ਭਾਵੇਂ ਉਹ ਦਲ ਖਾਲਸਾ ਹੋਵੇ, ਭਾਵੇਂ ਯੂਨਾਈਟਿਡ ਸਿੱਖ ਮਿਸ਼ਨਸ ਹੋਣ, ਭਾਵੇਂ ਉਹ ਟਕਸਾਲੀ ਲੀਡਰਸ ਹੋਣ, ਹਰ ਕੋਈ ਉੱਥੇ ਪਹੁੰਚਦਾ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਨੇਜਮੈਂਟ ਦੇ ਲੋਕ ਹੋਣ, ਸੋ ਦਮਦਮੀ ਟਕਸਾਲ ਦੇ ਜਿਹੜੇ ਰੀਪ੍ਰਜੈਂਟੇਟਿਵ ਨੇ, ਹਰ ਕੋਈ ਦਰਬਾਰ ਸਾਹਿਬ ਦੇ ਵਿੱਚ 6 ਜੂਨ ਨੂੰ ਪਹੁੰਚਦਾ ਔਰ ਕਹਿੰਦਾ ਕਿ ਸਾਡਾ ਹੱਕ ਤਾਂ ਜੀ ਖਾਲਿਸਤਾਨ ਹੈ, ਨਾਰੇ ਲੱਗਦੇ ਹਨ ਬਾਹਰ। ਔਰ ਜਦ ਉਹਨਾਂ ਨਾਰਿਆਂ ਬਾਰੇ ਸਵਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਕੀਤਾ ਜਾਂਦਾ ਤਾਂ ਉਹ ਕੀ ਕੁਝ ਕਹਿੰਦੇ ਹਨ, ਉਹਦੇ ਉੱਤੇ ਅਸੀਂ ਵਿਚਾਰ ਵੀ ਕਰਾਂਗੇ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਜਸ ਪੰਜਾਬੀ ਦੀ ਐਕਸਕਲੂਸਿਵ ਗੱਲਬਾਤ ਹੋਈ ਹੈ ਔਰ ਗੱਲਬਾਤ ਵੀ ਤੁਹਾਨੂੰ ਦਿਖਾਵਾਂਗੇ। ਜਦ ਜਸ ਪੰਜਾਬੀ ਨੇ ਬਕਾਇਦਾ ਉਹਨਾਂ ਨੂੰ ਪੁੱਛਿਆ ਕਿ ਖਾਲਿਸਤਾਨ ਦੀ ਮੰਗ ਉੱਠਦੀ ਹੈ, ਇਹ ਮੰਗ ਉੱਠਣੀ ਲਾਜ਼ਮੀ ਹੈ ਕਿ ਨਹੀਂ, ਤਾਂ ਉਹਨਾਂ ਦਾ ਕੀ ਪ੍ਰਤੀਕਰਮ ਸੀਗਾ, ਔਰ ਜਦ ਕਿਹਾ ਕਿ ਸਾਡੀ ਕੌਮ ਨੂੰ ਲਗਾਤਾਰ RSS ਵੱਲੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, RSS ਲੰਬੇ ਸਮੇਂ ਤੋਂ ਸਾਡੇ ਇਤਿਹਾਸ ਦੇ ਨਾਲ ਛੇੜਛਾੜ ਕਰਦੀ ਹੈ, ਤਾਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਨੇ ਕੀ ਕਿਹਾ। ਐਕਸਕਲੂਸਿਵ ਗੱਲਬਾਤ ਜਸ ਪੰਜਾਬੀ ਦੀ ਹੋਈ ਹੈ। ਸੋਸ਼ਲ ਮੀਡੀਆ ਦੇ ਉੱਤੇ ਜੋ ਵੀ ਪ੍ਰਤੀਕਰਮ ਸਾਹਮਣੇ ਆ ਰਹੇ ਹਨ ਅਸੀਂ ਉਹਨਾਂ ਦੀ ਨਿੰਦਾ ਨਹੀਂ ਕਰਾਂਗੇ, ਪਰ ਜਦ ਗੱਲ ਇਸ ਮੰਚ ਦੀ ਹੁੰਦੀ ਹੈ, ਇੱਥੇ ਸੱਚ ਅਤੇ ਹੱਕ ਦੀ ਲੜਾਈ ਔਰ ਨਿਰਪੱਖ ਖਬਰ ਹਮੇਸ਼ਾ ਤੁਹਾਨੂੰ ਵਿਖਾਈ ਜਾਂਦੀ ਹੈ। ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਕਹਿ ਗਏ ਖਾਲਿਸਤਾਨ ਮੰਗਣਾ ਵਾਜਿਬ ਹੈ। ਮੈਂ ਕਹਿ ਦਿੱਤਾ ਹੈਗਾ ਕਿ ਜੇ ਭਾਰਤ ਸਰਕਾਰ ਦਿੰਦੀ ਹੈ ਸਾਨੂੰ ਤੇ ਅਸੀਂ ਲਵਾਂਗੇ। ਪਰ ਇੱਥੇ ਇੱਕ ਗੱਲ ਜ਼ਰੂਰ ਉਹਨਾਂ ਨੇ ਅਟੈਚ ਕੀਤੀ, ਜੇ ਸਰਕਾਰ ਦਿੰਦੀ ਹੈ ਤਾਂ ਅਸੀਂ ਲੈ ਲਵਾਂਗੇ। ਫਿਰ ਮੁੜ ਤੋਂ ਪੱਤਰਕਾਰ ਪੁੱਛਦੇ ਹਨ ਕਿ ਜਥੇਦਾਰ ਸਾਹਿਬ ਖਾਲਿਸਤਾਨ ਦੀ ਜਿਹੜੀ ਮੰਗ ਉੱਠਦੀ ਉਹਦੇ ਬਾਰੇ ਦੱਸੋ। ਕਹਿੰਦੇ ਇੰਨਾ ਕੀ ਭਾਲੇ ਦੋ ਅੱਖਾਂ, ਅਤੇ ਕਹਿੰਦੇ ਅਸੀਂ ਸਰਕਾਰ ਦੇਵੇਗੀ ਤਾਂ ਅਸੀਂ ਜ਼ਰੂਰ ਲੈ ਲਵਾਂਗੇ। ਤਾਂ ਇਸ ਸਟੇਟਮੈਂਟ ਨੂੰ ਕਈ ਸਾਰੇ ਲਿਹਾਜ਼ ਨਾਲ ਵੇਖਿਆ ਗਿਆ। ਕਈ ਸਾਰੇ ਸਿਆਸਤਦਾਨਾਂ ਦਾ, ਸਿਆਸੀ ਮਾਹਿਰਾਂ ਦਾ ਮੰਨਣਾ ਕਿ ਇਹ ਜਿਹੜੀ ਗੱਲ ਕਹੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ, ਇਹਨਾਂ ਦੀ ਆਵਾਜ਼ ਨਹੀਂ ਸੀਗੀ, ਕਿਉਂਕਿ ਇਹ ਆਵਾਜ਼ ਜਿਹੜੀ ਆਉਂਦੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਤਰਫੋਂ ਆਉਂਦੀ ਹੈ, ਕਿਉਂਕਿ ਜਥੇਦਾਰ ਤਾਂ ਉਹਨਾਂ ਦੀਆਂ ਜੇਬਾਂ 'ਚੋਂ ਨਿਕਲਦੇ ਨੇ। ਇਹ ਲਗਾਤਾਰ ਬਿਆਨ ਸਾਹਮਣੇ ਆਏ, ਬਿਆਨ ਕਿਹਨੇ ਕਿਹਨੇ ਦਿੱਤੇ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ, ਦਿਖਾਵਾਂਗੇ ਕਿ ਕੀ ਬਿਆਨ ਸਾਹਮਣੇ ਆਏ।
और यह भी कहा गया कि भाई श्रोमणी अकाली दल बादल का हुण की स्टैंड है, जेकर तुसी कहिंदे हो सरकार देवेगी तां लै लांगे तां फिर सरकार तो मंगते क्यों नहीं तुसी उस मुल्क दे विच रह के, क्यों सिर्फ पश्चिमी मुल्कां दे विच ही इस आवाज़ नूं बुलंद किया जाता है, यह भी गल सामने आ रही है। सो लगातार कई सारे सवाल जिहड़े ने अज इस मंच दे उत्ते उठाए जाणगे। ज्ञानी हरप्रीत सिंह होरां ने जस पंजाबी दे नाल एक्सकलूसिव गलबात दे विच की कुछ कहा सी तुहानूं ओह वी बकायदा असीं सुणावांगे, ओह वी दिखावांगे कि उन्हां दी जुबानी जद जस पंजाबी दे सवाल उन्हां तों पुछे गए इस विशे बारे। पर मैं तुहानूं एक रिपोर्ट दिखाना चाहना, इस रिपोर्ट दे तहत असीं जाणन दी कोशिश करांगे ज्ञानी हरप्रीत सिंह जथेदार अकाल तख्त साहिब दा की कहना सीगा जां फिर की उन्हां दी सोच सीगी जद उन्हां तों पुछया गया खालिस्तान बारे, तो उन्होंने कहा जे सरकार दिंदी है जरूर लवांगे। इस रिपोर्ट दे राही तीजे घल्लूघारे दी याद विच प्रबंधित होने वाले समागम दीआं अजिहीआं तस्वीरां सामने आने तो बाद कई तरह के सवाल खड़े होंदे सन, पर ऐतकी श्री अकाल तख्त साहिब दे कार्यकारी जथेदार ज्ञानी हरप्रीत सिंह दा मीडिया दे सवाल ते दित्ता जवाब कई सवाल अपने पिछे छड्ड गया। श्री अकाल तख्त साहिब दे प्रबंधित समागम मगरों कार्यकारी जथेदार ज्ञानी हरप्रीत सिंह मीडिया दे सवालों का जवाब दे रहे सन। जदों उन्हां नूं खालिस्तान दे मुतलक सवाल पुछे गए तां उन्हां दे जवाब संखेप ते सीधे सन। गल खालिस्तान दे नारे तो शुरू हुई सी, पर जदों मुक्की तां जथेदार वल्लों मारिया गया हा दा नारा भी नाल रल गया सी। देखो कौम दे अंदर जोश हैगा, उस जोश नूं प्रगट करन दे लई समागम की समाप्ति तो बाद जे कोई नारे लाउंदा मैं इहनूं जिहड़ा है वह गलत नहीं कहिंदा, लेकिन समागम के दौरान जिहड़ा नारे ला के उहनूं जिहड़ा विघन पाउणा इह ठीक नहीं है। बाद दे विच कोई अगर नौजवान साडे जोश च आ के लाउंदे आ तां मैं इहनूं जिहड़ा बिल्कुल भी गलत नहीं कहूंगा। जे सानूं मिल जाए तां अन्ना की भाली चार अखां दित्तियां सी। मैं कह दिता हैगा कि जे भारत सरकार दिंदी है सानू ते असीं लवांगे, जे सानू देऊगी ते असीं लवांगे। दुनिया भर दे विच केड़ा सिख है जिहड़ा नहीं इच्छा रखदा। जथेदार साहिब दे सज्जे हथ बैठे एसजीपीसी प्रधान गोबिंद सिंह लौंगोवाल नूं भी यही सवाल पुछया गया तां शुरू विच तां उह सीधा बोलण तों बचते नजर आए, पर अखीर मन ही लिया कि जेकर मिल जावे तां लै लवांगे। देखो गल श्रोमणी कमेटी का अपना कोई एजेंडा होंगे, अपना प्रोग्राम होंगे, जो श्रोमणी गुरुद्वारा प्रबंधक कमेटी के प्रोग्राम होंगे ने जां उन्हां दे मसले होंगे ने वह हमेशा असी जिहड़ी है भारत सरकार होवे पंजाब सरकार होवे उहदे अग्गे रखदे हां। उहदे बारे सारा तुहानूं स्पष्ट करता सिंह साहब ने ते वो बार बार गल्लां नहीं आपां कर सकते। देखो जितों खालिस्तान की मंग है वो सारी गल की है, सिंह साहब ने भी कहा है जे कोई सानू दिंदा असीं लै लांगे, इनकार कदों करदे आ, असीं वधिया सुभाव इनकार कोई कर सकदा, कोई सिख भी इनकार नहीं कर सकता। जरनैल सिंह पिंडरावाले दे नां दे नाल भी खालिस्तान की मंग नूं जोड़िया जांदा है, तां उत्थे भी यही कहा जांदा है कि सोच यही सी कि जेकर सरकार दे दिंदी है तां खालिस्तान लै लवांगे। हुण 36 सालां बाद एक बार मुड़ यही कहा जा रहा है कि जेकर दे देंगे तां लै लवांगे, पर हुण मसला की खालिस्तान दा है जां पंथ दी सियासत करन वाली धिर नूं मुड़ जमीन दिवाउण दा सवाल कायम है। अमृतसर तों गुरप्रीत सिंह चावला दे नाल न्यूज़ डेस्क रिपोर्ट। यह पहली बार डिबेट नहीं हो रही जिन्हों असी वेख रहे हैं, पिछले 35 सालों तो असी 35 वरिया तो वेख रहे हैं कि इस दे उत्ते लगातार डिबेट होंदी है और यही सवाल पूछे जाते हैं, फिर अगले साल 6 जून मुड़ तो आएगा फिर डिबेट होएगी, पर अप इंप्लीमेंट असी की कर रहे हैं और की असी अगे करना चाहते हैं और जा फिर अगर असी कर रहे हैं तो उन्हों आप ग्राउंड लैवल पर किमें उतार सकते हैं, सवाल वड्डे इत्थे आ बनते हैं। श्रोमणी अकाली दल का स्टैंड ये उत्ते क्लीयर होना चाहिए कि यह वाकई आवाज़ ज्ञानी हरप्रीत सिंह होरां दी सीगी, जथेदार होरां दी सीगी, जस पंजाबी ने उन्हां नाल एक्सक्लूसिव गलबात भी की, वह भी तुहानूं दिखावांगे। पर ध्यान सिंह मंट की कह रहे हैं वह भी असीं जाण लैंदे आ, तां दल खालसा वल्लों होर जिहड़े स्पोक्समैन ने वह की कह रहे हैं उन्हां नूं वी इक वारी सुण लैंदे आ। आपां असी दूरी रखते हैं, इत्थे प्रबंध नहीं है, इत्थे बहुत वड्डे प्रबंध ने और बहुत वड्डी परिक्रमा खुली है, जे अद्धे अद्धे मीटर ते दो दो मीटर ते भी संगत नूं बिठाया जांदा ते सारे अरदास विच शामिल हो सकते सी, पर जिहड़े ढंग दे नाल जिन्हां सिखां ने लड़ाई लड़ी उन्हां दे जिहड़े वारस ने आ सारियां जथेबंदियां वह जदों श्रद्धांजलि भेट करन वास्ते आ रहे उन्हां नूं खज्जल खवार किया गया, बहुत जलील किया गया, सानूं बहुत नाकियां ते रोकिया गया। चंगी गल है, पॉजिटिव गल है, उन्होंने अपने दिल की गल की, पर ज्ञानी हरप्रीत सिंह अकाल तख्त साहिब के सेवादार हैं, उन्होंने ये गल समझ होनी चाहिए है कि कोई भी हुकूमत कभी दया नहीं करती,
ਲੈਣਾ ਪੈਂਦੀ ਹੈ, ਆਜ਼ਾਦੀ ਲੈਣੀ ਪੈਂਦੀ ਹੈ। ਆਜ਼ਾਦੀ ਕਈ ਵਾਰੀ ਇਕੱਲੀ ਲੈਣੀ ਨਹੀਂ ਪੈਂਦੀ, ਕਈ ਵਾਰੀ ਖੋਹਣੀ ਵੀ ਪੈਂਦੀ ਹੈ, ਕਿਉਂਕਿ ਤੁਹਾਡਾ ਹੱਕ ਹੁੰਦਾ ਅਤੇ ਜਿਹੜਾ ਤੁਹਾਡਾ ਦੁਸ਼ਮਣ ਹੁੰਦਾ, ਜਿਹਨੇ ਤੁਹਾਨੂੰ ਜਿਹਦਾ ਤੁਹਾਡੇ 'ਤੇ ਕਬਜ਼ਾ ਹੁੰਦਾ, ਜਿਹੜਾ ਕਾਬਜ਼ ਧਿਰ ਹੁੰਦੀ ਹੈ, ਕਾਬਜ਼ ਧਿਰ ਕਦੀ ਦਿੰਦੀ ਨਹੀਂ ਹੈ, ਲੈਣੀ ਪੈਂਦੀ ਹੈ। ਸੰਤ ਜਰਨੈਲ ਸਿੰਘ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਅੱਜ ਅਸੀਂ ਮਨਾ ਰਹੇ ਹਾਂ, ਉਹ ਵੀ ਕਿਹਾ ਕਰਦੇ ਸੀ ਕਿ 47 ਵਾਲੀ ਗਲਤੀ ਨਹੀਂ ਕਰਾਂਗੇ, ਜਦੋਂ ਦੇਣਗੇ ਇਸ ਵਾਰ ਅਗਰ ਦੇਣਗੇ ਤਾਂ ਜ਼ਰੂਰ ਲਵਾਂਗੇ। ਸੋ ਉਹੀ ਗੱਲ ਥੋੜ੍ਹੇ ਜਿਹੇ ਫਰਕ ਅੱਖਰਾਂ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਦੁਹਰਾਈ ਹੈ। ਆਮ ਆਦਮੀ ਪਾਰਟੀ ਦਾ, ਕਾਂਗਰਸ ਦਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਸ ਮੁਤਲਕ ਕੀ ਕੁਝ ਸਟੈਂਡ ਸਾਹਮਣੇ ਆਇਆ, ਭਗਵੰਤ ਮਾਨ ਕੀ ਕਹਿੰਦੇ ਹੋਏ ਨਜ਼ਰ ਆਏ, ਔਰ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਪੋਕਸਮੈਨ ਨੇ ਉਹ ਕੀ ਕਹਿੰਦੇ ਹੋਏ ਨਜ਼ਰ ਆਏ, ਅਤੇ ਕਾਂਗਰਸ ਦੇ ਜਿਹੜੇ ਬੁਲਾਰੇ ਨੇ ਉਹ ਕੀ ਕਹਿੰਦੇ ਹੋਏ ਨਜ਼ਰ ਆਏ ਇਸ ਬਿਆਨ ਤੋਂ ਬਾਅਦ? ਇੱਕ ਵਾਰੀ ਅਸੀਂ ਸਿਆਸੀ ਪ੍ਰਤੀਕਰਮ ਵੀ ਸੁਣ ਲੈਂਦੇ ਹਾਂ। ਲੁਕੀ ਨਹੀਂ ਹੋਈ, ਕਿਸੇ ਸੇ ਛੁਪੀ ਨਹੀਂ ਹੋਈ ਕਿ ਜਥੇਦਾਰ ਜੋ ਹੈ ਉਸਕੇ ਫੈਸਲੇ ਜੋ ਹੈਂ ਵੋ ਕਿਸਕੀ ਜੇਬ ਸੇ ਨਿਕਲਤੇ ਹੈਂ। ਔਰ ਸ਼੍ਰੋਮਣੀ ਕਮੇਟੀ ਕੇ ਪ੍ਰਧਾਨ ਉਸ ਸਮੇਂ ਮੌਜੂਦ ਵੀ ਥੇ ਜਬ ਉਹਨਾਂ ਨੇ ਇਹ ਬਾਤ ਕਹੀ ਹੈ। ਤੋ ਦੇਖੋ, ਮੈਂ ਇਹ ਕਹਿਣਾ ਚਾਹਤਾ ਹੂੰ ਕਿ ਅਗਰ ਜਥੇਦਾਰ ਸਾਹਿਬ ਨੇ ਇਹ ਬਾਤ ਕਹੀ ਹੈ ਤੋ ਅਕਾਲੀ ਦਲ ਆਪਣਾ ਸਟੈਂਡ ਸਪਸ਼ਟ ਕਰੇ, ਔਰ ਬੀਜੇਪੀ ਅਬ ਬਤਾਏ ਕਿ ਅਬ ਵੋ ਉਨਕੇ ਸਾਥ ਚਲੇਗੀ। ਵੀ ਸਾਰੇ ਮੁਲਕ ਦੇ ਵਿੱਚ ਅੱਜ ਜਥੇਦਾਰ ਸਾਹਿਬ ਨੇ ਕਿਹਾ ਵੀ ਸਿੱਖਾਂ ਦੇ ਨਾਲ ਉਹ ਸਰਕਾਰ ਆ ਜਿਹੜੀ ਉਹ ਧੱਕਾ ਕਰ ਰਹੀ ਹੈ, ਕੋਈ ਚੰਗਾ ਵਰਤਾਓ ਨਹੀਂ ਕਰ ਰਹੀ। ਅੱਜ ਬੀਜੇਪੀ ਤੇ ਬੀਬੀ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਇਸ ਗੱਲ ਤੇ ਕੀ ਕਹਿਣਗੇ? ਇਹੀ ਗੱਲ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਪ੍ਰਧਾਨ ਅਕਾਲੀ ਦਲ ਦੇ ਬਣਾਏ ਹੋਏ ਨੇ ਉਹਨਾਂ ਨੇ ਲੌਂਗੋਵਾਲ ਸਾਹਿਬ ਨੇ ਗੱਲ ਕਹੀ। ਦੂਜੀ ਉਹਨਾਂ ਨੇ ਇਹ ਗੱਲ ਕਹੀ ਬਈ ਸਾਨੂੰ ਖਾਲਿਸਤਾਨ ਹਰ ਸਿੱਖ ਚਾਹੁੰਦਾ ਏ, ਹਰ ਪੰਜਾਬੀ ਚਾਹੁੰਦਾ ਏ, ਇਹ ਬਿਲਕੁਲ ਝੂਠ। ਅੱਜ ਆਮ ਆਦਮੀ ਪਾਰਟੀ ਨੇ ਇਹਦਾ ਵਿਰੋਧ ਕੀਤਾ, ਸਵਾਗਤ ਕਰਦਾ ਮੈਂ ਉਹਨਾਂ ਦਾ। ਜਥੇਦਾਰ ਜੀ ਨੇ ਕੋਈ ਕੈਟੇਗੋਰੀਕਲੀ ਉੱਥੇ ਸਟੇਟਮੈਂਟ ਜਿਹੜੀ ਆਪਣੇ ਸੰਬੋਧਨ ਦੇ ਵਿੱਚ ਜਾਂ ਕਿਸੇ ਸਮੇਂ ਵੀ ਨਹੀਂ ਦਿੱਤੀ। ਅਗਰ ਪ੍ਰੈਸ ਦੇ ਵਿੱਚ ਕੋਈ ਪੁੱਛ ਰਿਹਾ, ਵਾਰ ਵਾਰ ਪੁਆਇੰਟਡ ਕੁਐਸਚਨ ਕਈ ਵਾਰੀ ਪ੍ਰੈਸ ਜਾਣ ਬੁੱਝ ਕੇ ਕੀਤੇ ਜਾਂਦੇ ਆ, ਅਤੇ ਉਹਦੇ ਰਿਐਕਸ਼ਨ ਦੇ ਵਿੱਚ ਜੋ ਉਹਨਾਂ ਨੇ ਕਿਹਾ ਉਹਨੂੰ ਗਲਤ ਰੰਗਤ ਜਿਹੜੀ ਹੈ ਕਿਸੇ ਤਰੀਕੇ ਦੀ ਵੀ ਉਹ ਨਹੀਂ ਦੇਣੀ ਚਾਹੀਦੀ, ਕਿਉਂਕਿ ਉਹ ਸਾਰਿਆਂ ਦੇ ਸਾਂਝੇ ਆ। ਇਸ ਕਰਕੇ ਜਿਹੜੀਆਂ ਭਾਵਨਾਵਾਂ ਇਸ ਦਿਨ 'ਤੇ ਉਹਨਾਂ ਨੂੰ ਸਾਰਿਆਂ ਦੀਆਂ ਦੇਖਣੀਆਂ ਪੈਂਦੀਆਂ। ਮੈਂ ਸਮਝਦਾ ਇਸ ਤਰ੍ਹਾਂ ਦੀ ਉਹਨਾਂ ਦੇ ਜਿਹੜੀ ਪ੍ਰੈਸ ਦੇ ਕੁਐਸਚਨ ਦੇ ਉੱਤੇ ਪੁਆਇੰਟਡ। ਤੁਸੀਂ ਵੱਖ ਵੱਖ ਬਿਆਨ ਸੁਣੇ ਔਰ ਕਈ ਸਾਰੇ ਪ੍ਰਤੀਕਰਮ ਤੁਸੀਂ ਸੁਣੇ, ਲਗਾਤਾਰ ਤੁਸੀਂ ਸਾਨੂੰ ਕਾਲ ਵੀ ਕਰਨੀ ਸ਼ੁਰੂ ਕਰਤੀ। ਅਸੀਂ ਤੁਹਾਡੀ ਕਾਲ ਨੂੰ ਵੀ ਜ਼ਰੂਰ ਚੱਕਾਂਗੇ ਔਰ ਤੁਹਾਡੀ ਕਾਲਸ ਵੀ ਅਸੀਂ ਜ਼ਰੂਰ ਲਵਾਂਗੇ, ਪਰ ਅਸੀਂ ਤਮਾਮ ਗੈਸਟ ਵੀ ਲੈ ਕੇ ਆਵਾਂਗੇ ਇਸ ਪ੍ਰੋਗਰਾਮ ਦੇ ਤਹਿਤ। ਪਰ ਸਭ ਤੋਂ ਵੱਡੀ ਗੱਲ ਹੈ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ, ਉਹਨਾਂ ਨਾਲ ਜਦ ਸਾਡੀ ਟੀਮ ਨੇ ਐਕਸਕਲੂਸਿਵ ਗੱਲਬਾਤ ਕੀਤੀ ਸੀ ਕਿ ਇਸੀ ਵਿਸ਼ੇ ਦੇ ਉੱਤੇ ਵਿਸਾਖੀ ਦੇ ਮੌਕੇ ਸਾਡੇ ਨਾਲ ਜੁੜੇ ਸੀਗੇ, ਤਮਾਮ ਦੋ ਸਵਾਲ ਉਹਨਾਂ ਨੂੰ RSS ਨੂੰ ਲੈ ਕੇ ਔਰ ਖਾਲਿਸਤਾਨ ਨੂੰ ਲੈ ਕੇ ਬਕਾਇਦਾ ਪੁੱਛੇ ਗਏ ਸੀਗੇ, ਉਹ ਤੁਹਾਨੂੰ ਅਸੀਂ ਐਕਸਕਲੂਸਿਵ ਗੱਲਬਾਤ ਜ਼ਰੂਰ ਦਿਖਾਵਾਂਗੇ ਇਸ ਬ੍ਰੇਕ ਤੋਂ ਬਾਅਦ। ਫਿਲਹਾਲ ਰੁਕ ਰਿਹਾ ਇੱਕ ਬ੍ਰੇਕ ਲਈ, ਬ੍ਰੇਕ ਤੋਂ ਬਾਅਦ ਲਗਾਤਾਰ ਸਾਡਾ ਇਹ ਮੁੱਦਾ ਜਾਰੀ ਰਹੇਗਾ। ਮੈਂ ਕਹਿ ਦਿੱਤਾ ਹੈਗਾ ਕਿ ਜੇ ਭਾਰਤ ਸਰਕਾਰ ਦਿੰਦੀ ਹੈ ਸਾਨੂੰ ਤਾਂ ਅਸੀਂ ਲਵਾਂਗੇ, ਜੇ ਸਰਕਾਰ ਸਾਨੂੰ ਖਾਲਿਸਤਾਨ ਦਿੰਦੀ ਹੈ ਤਾਂ ਜ਼ਰੂਰ ਲਵਾਂਗੇ। ਇਹ ਬਿਆਨ ਨੂੰ ਅਸੀਂ ਕਿਸ ਤਰੀਕੇ ਨਾਲ ਵੇਖੀਏ? ਕਾਫੀ ਸਾਰੇ ਕਾਲਰਸ ਨੇ, ਮੈਂ ਤੁਹਾਡੇ ਕਾਲਰ ਦੀ ਰਿਸਪੈਕਟ ਕਰਦਾ, ਜ਼ਰੂਰ ਤੁਹਾਡੀ ਕਾਲ ਨੂੰ ਵੀ ਮੈਂ ਚੱਕਾਂਗਾ, ਤੁਹਾਡੇ ਪ੍ਰਤੀਕਰਮ ਲਵਾਂਗਾ, ਪਰ ਇੱਥੇ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਿਆਨ ਇਸ ਦੇ ਉੱਤੇ, ਕਿਉਂਕਿ ਜਸ ਪੰਜਾਬੀ ਨੂੰ ਵਿਸ਼ਿਆਂ ਬਾਰੇ ਜਾਣਕਾਰੀ ਜ਼ਰੂਰ ਵੀ ਹੁੰਦੀ ਔਰ ਅਸੀਂ ਪਲ ਪਲ ਦੀ ਜਿਹੜੀ ਰਿਪੋਰਟ ਹੈ ਤੁਹਾਨੂੰ ਇੰਡੀਆ ਤੋਂ ਉਹ ਵੀ ਦਿਖਾਉਂਦੇ ਹਾਂ, ਤਾਂ ਇਹ ਸਵਾਲ ਸਾਡੇ ਮਨ ਦੇ ਵਿੱਚ ਆਲਰੇਡੀ ਚੱਲਦੇ ਸੀਗੇ। ਤਾਂ ਜਦ ਸਾਡੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੁੜੇ ਸੀਗੇ ਜਥੇਦਾਰ ਅਕਾਲ ਤਖਤ ਸਾਹਿਬ ਦੇ, ਤਾਂ ਉਹਨਾਂ ਨੂੰ ਦੋ ਹੀ ਸਵਾਲ ਕੀਤੇ ਗਏ ਸੀਗੇ ਅਹਿਮ, ਕਿ ਬਈ RSS ਦੀ ਇਤਿਹਾਸ ਦੇ ਨਾਲ ਛੇੜਖਾਣੀ, ਤੁਸੀਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋ, ਕਿਸ ਤਰੀਕੇ ਨਾਲ ਵੇਖਦੇ ਔਰ ਖਾਲਿਸਤਾਨ ਦੀ ਮੰਗ ਮੰਗਣੀ ਵਾਜਿਬ ਹੈ ਕਿ ਨਜਾਇਜ਼ ਹੈ, ਉਹਨਾਂ ਨੇ ਕੀ ਕਿਹਾ? ਇਹ ਗੱਲ ਸੁਣਦੇ ਹਾਂ ਖੁਦ ਆਪ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਦੀ ਜ਼ੁਬਾਨੀ। ਜਿਹੜੀ ਸਿੱਖ ਜਥੇਬੰਦੀਆਂ, ਜਿਹੜਾ ਸਿੱਖ ਡਾਇਸਪੋਰਾ ਜਥੇਦਾਰ ਸਾਹਿਬ ਇੱਥੇ ਵੱਸਦਾ, ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਹੋਰ ਹੈ। ਉਹ ਸਵਾਲ ਇਹ ਹੈਗਾ ਕਿ ਅੱਜ ਅਸੀਂ ਆਪਣੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਰਹੀ ਭਾਰਤ ਦੇ ਵਿੱਚ ਵਚਨਬੰਧ ਹੋ ਰਹੇ ਹਾਂ, ਵੱਖ ਵੱਖ ਅਸੀਂ ਆਪਣੀ ਕਿਰਦਾਰ ਨੂੰ ਦਿਖਾ ਰਹੇ ਹਾਂ ਜਾ ਕੇ ਵੱਖ ਵੱਖ ਸਟੇਟਾਂ ਦੇ ਵਿੱਚ, ਜਿਵੇਂ ਅਸੀਂ ਲੰਗਰ ਜਾ ਕੇ ਲਾ ਰਹੇ ਹਾਂ ਜਾਂ ਫਿਰ ਮੈਡੀਕਲ ਏਡ ਜਾ ਕੇ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ, ਤਾਂ ਆਪਣੀ ਰਿਕੋਗਨੀਸ਼ਨ ਅਸੀਂ ਜ਼ਰੂਰ ਕਰਾ ਰਹੇ ਹਾਂ। ਲੇਕਿਨ ਉਹਨਾਂ ਨੂੰ ਇਹ ਵੀ ਲੱਗਦਾ ਕਿ ਜਦ ਤੁਸੀਂ ਫਰਮਾਨ ਜਾਰੀ ਕੀਤਾ ਸੀਗਾ, ਅਕਾਲ ਤਖਤ ਸਾਹਿਬ ਵੱਲੋਂ ਫਰਮਾਨ ਜਾਰੀ ਕੀਤਾ ਗਿਆ ਸੀਗਾ RSS ਨੂੰ ਲੈ ਕੇ, ਉਹਨਾਂ ਨੂੰ ਲੱਗਦਾ ਕਿ RSS ਬਹੁਤ ਧੱਕਾ ਕਰ ਰਹੀ ਹੈ ਸਾਡੇ ਨਾਲ ਔਰ ਉਸ ਜਾਣ ਬੁੱਝ ਕੇ ਸਾਡੇ ਇਤਿਹਾਸ ਦੇ ਨਾਲ ਛੇੜਛਾੜ ਕਰਦੀ ਹੈ, ਜਿਸ ਕਰਕੇ ਸਾਨੂੰ ਦੁੱਖ ਵੀ ਪਹੁੰਚਦਾ। ਸੋ ਸਿੱਖ ਡਾਇਸ
ਸਰਪੁਰਾ ਇਸ ਗੱਲ ਨੂੰ ਲੈ ਕੇ ਬਹੁਤ ਨਿਖੇਧੀ ਵੀ ਕਰਦਾ, ਤੁਹਾਡੇ ਤੋਂ ਜਵਾਬ ਮੰਗਦਾ ਕਿ ਇਸ ਪਿੱਛੇ ਅਸੀਂ ਕੀ ਕਰ ਸਕਦੇ ਹਾਂ। ਦੇਖੋ ਜਿਹੜਾ ਹੈ ਸਿੱਖ ਜਿਹੜਾ ਹੈ ਪੂਰੇ ਜਗਤ ਦੇ ਵਿੱਚ ਇਸ ਵਕਤ ਬੈਠਾ ਸਾਡਾ, ਔਰ ਸਿੱਖਾਂ ਦੇ ਨਾਲ ਬਹੁਤ ਸਾਰੇ ਜਿਹੜੇ ਹੈ ਉਹ ਵਧੀਕੀਆਂ ਵੀ ਹੁੰਦੀਆਂ ਨੇ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ। ਅਤੇ ਇਹਦਾ ਇੱਕੋ ਹੀ ਹੱਲ ਜਿਹੜਾ ਹੈ ਉਹ ਇਹ ਹੈ ਕਿ ਸਾਨੂੰ ਦੁਨੀਆਂ ਭਰ ਦੇ ਸਿੱਖਾਂ ਨੂੰ ਆਪਣੇ ਛੋਟੇ ਛੋਟੇ ਮਤਭੇਦ ਭੁਲਾ ਕੇ ਇੱਕ ਮੰਚ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠ ਜਿਹੜਾ ਹੈ ਉਹ ਇਕੱਠੇ ਹੋਣ ਦੀ ਬਹੁਤ ਵੱਡੀ ਜਿਹੜੀ ਹੈ ਇਸ ਵਕਤ ਜ਼ਰੂਰਤ ਹੈ। ਅਤੇ ਜਿਹੜਾ ਦੁਸ਼ਮਣ ਹੈ ਉਹਨੇ ਦੁਸ਼ਮਣੀ ਕਰਨੀ ਹੀ ਕਰਨੀ ਹੈ ਸਾਡੇ ਨਾਲ, ਪਰ ਇਹ ਹੁਣ ਅਸੀਂ ਇਕੱਠੇ ਹੋ ਕੇ ਦੇਖਣਾ ਕਿ ਅਸੀਂ ਉਹਦੀਆਂ ਚਾਲਾਂ ਤੋਂ ਕਿਵੇਂ ਬਚਣਾ ਹੈਗਾ। ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਜਿਹੜਾ ਹੈ ਉਹ ਮਦੋਲਣ ਦੇ ਯਤਨ ਹੋ ਰਹੇ ਆ। ਦੁਨੀਆਂ ਭਰ ਦੇ ਵਿੱਚ ਅੱਜ ਕੋਰੋਨਾ ਰੂਪੀ ਮਹਾਂਮਾਰੀ ਫੈਲੀ ਹੈ। ਮੈਂ ਅੱਜ ਦੁਪਹਿਰ ਜੋ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਸੰਦੇਸ਼ ਦਿੱਤਾ, ਮੈਂ ਉਹਦੇ ਵਿੱਚ ਵੀ ਇਹ ਸ਼ਬਦ ਕਹੇ ਨੇ ਕਿ ਜਿੱਥੇ ਦੁਨੀਆਂ ਭਰ ਦੇ ਵਿੱਚ ਸਿੱਖਾਂ ਨੇ ਇਸ ਕੋਰੋਨਾ ਮਹਾਂਮਾਰੀ ਦੇ ਸਮੇਂ ਦੇ ਵਿੱਚ ਮਾਨਵਤਾ ਦੀ ਸੇਵਾ ਕੀਤੀ ਹੈ, ਸਾਡੀਆਂ ਸੰਸਥਿਕ ਸੰਸਥਾਵਾਂ ਅੱਗੇ ਆਈਆਂ ਨੇ ਅਤੇ ਸ਼ਾਬਾਸ਼ੀ ਵੀ ਮਿਲੀ ਹੈ। ਐਸੀ ਗੱਲ ਨਹੀਂ ਹੈ ਕਿ ਸ਼ਾਬਾਸ਼ੀ ਨਹੀਂ ਮਿਲੀ, ਕਈ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਤੱਕ ਨੇ ਸਿੱਖਾਂ ਦੀ ਇਸ ਮਾਨਵਤਾ ਦੀ ਸੇਵਾ ਨੂੰ ਜਿਹੜਾ ਹੈ ਉਹ ਸਲਾਹਿਆ। ਤੇ ਜਿਸ ਨੇ ਜਿਹੜੇ ਅਹਿਸਾਨ ਫਰਾਮੋਸ਼ ਹੈ, ਜਿਹਨੂੰ ਆਪਾਂ ਅਕਿਰਤ ਕੰਮ ਕਹਿ ਦਿੰਦੇ ਹਾਂ, ਜਿਹਨਾਂ ਨੇ ਸਾਡਾ ਅਹਿਸਾਨ ਨਹੀਂ ਮੰਨਣਾ ਉਹਨਾਂ ਨੇ ਨਹੀਂ ਮੰਨਣਾ, ਜਿਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਅਹਿਸਾਨ ਨਹੀਂ ਮੰਨਿਆ ਤੇ ਉਹਨਾਂ ਨੇ ਸਾਡੇ ਲੰਗਰਾਂ ਦਾ ਵੀ ਅਹਿਸਾਨ ਨਹੀਂ ਮੰਨਣਾ। ਤੇ ਅਸੀਂ ਕਿਸੇ ਤੇ ਅਹਿਸਾਨ ਕਰਨ ਲਈ ਜਾਂ ਕਿਸੇ ਨੂੰ ਆਪਣਾ ਇਹ ਪਰਉਪਕਾਰ ਜਿਤਾਉਣ ਲਈ ਸੇਵਾ ਨਹੀਂ ਕਰ ਰਹੇ। ਸਾਡਾ ਧਰਮ ਜਿਹੜਾ ਸਾਨੂੰ ਸਿਖਾਉਂਦਾ ਹੈ, ਸਾਡਾ ਧਰਮ ਤਾਂ ਸਾਨੂੰ ਸਿਖਾਉਂਦਾ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਨੂੰ ਵੀ ਜਿਹੜਾ ਹੈ ਉਹ ਪਾਣੀ ਪਿਆਉਣਾ ਹੈ। ਅਸੀਂ ਤਾਂ ਇਹ ਸੋਚ ਕੇ ਜਿਹੜਾ ਹੈ ਉਹ ਸਭ ਨੂੰ ਜਿਹੜਾ ਹੈ ਅਸੀਂ ਇੱਕ ਸਮਾਨ ਸਮਝਦੇ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਲੋ, ਅਸੀਂ ਇਸ ਸਬਕ ਦੇ ਧਾਰਨੀ ਹੁੰਦੇ ਹਾਂ। ਅਸੀਂ ਤਾਂ ਸਭ ਨੂੰ ਜਿਹੜਾ ਪ੍ਰਸ਼ਾਦਾ ਛਕਾ ਰਹੇ ਹਾਂ, ਲੰਗਰ ਛਕਾ ਰਹੇ ਹਾਂ, ਚਾਹੇ ਉਹ ਪੰਜਾਬ ਹੈ, ਚਾਹੇ ਉਹ ਅਮਰੀਕਾ ਹੈ, ਚਾਹੇ ਉਹ ਇੰਗਲੈਂਡ ਹੈ, ਚਾਹੇ ਆਸਟ੍ਰੇਲੀਆ ਤੇ, ਚਾਹੇ ਦਿੱਲੀ ਹੈ ਤੇ ਚਾਹੇ ਹਿੰਦੁਸਤਾਨ ਦੇ ਬਾਕੀ ਹਿੱਸੇ ਨੇ, ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਕਿਉਂਕਿ ਸਾਡਾ ਧਰਮ ਨਹੀਂ ਸਿਖਾਉਂਦਾ ਕਿ ਜੇ ਐਸੀ ਦੁਨੀਆਂ ਦੇ ਵਿੱਚ ਮਹਾਮਾਰੀ ਫੈਲੀ ਹੈ ਤੇ ਅਸੀਂ ਪਾਣੀ ਦੀ ਜਿਹੜੀ 10 ਰੁਪਏ ਦੀ ਬੋਤਲ ਹੈ ਅਸੀਂ ਮਜਬੂਰੀ ਦਾ ਲਾਭ ਖਾ ਕੇ 100 ਰੁਪਏ ਦੀ ਵੇਚੀਏ। ਸਾਡਾ ਧਰਮ ਸਾਨੂੰ ਜਿਹੜਾ ਹੈ ਉਹ ਨਹੀਂ ਸਿਖਾਉਂਦਾ ਹੈ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਭੁੱਖੇ ਲੋਕ ਬੈਠੇ ਹੋਣ ਤੇ ਅਸੀਂ ਆਪ ਰੱਜ ਕੇ ਰੋਟੀ ਖਾਈਏ, ਇਹ ਸਾਡੀ ਮਜਬੂਰੀ ਹੈ। ਸਾਡਾ ਧਰਮ ਸਾਨੂੰ ਸਿੱਖਿਆ ਦਿੰਦਾ, ਉਪਦੇਸ਼ ਦਿੰਦਾ, ਅਸੀਂ ਆਪਣੇ ਧਰਮ ਦੀ ਪਾਲਣਾ ਕਰਦੇ ਹਾਂ। ਕੋਈ ਸਾਡੇ ਇਸ ਪਰਉਪਕਾਰ ਨੂੰ ਯਾਦ ਕਰੇ, ਸਲਾਹੇ, ਚਾਹੇ ਕੋਈ ਨਿੰਦੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਗੁਰਬਾਣੀ ਦੀ ਪੰਕਤੀ ਵੀ ਹੈ ਕਿ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਕਿ ਪਰਮੇਸ਼ਵਰ ਦਾ ਜਿਹੜਾ ਬੰਦਗੀ ਕਰਨ ਵਾਲਾ ਭਗਤ ਹੈ ਉਹ ਆਪਣਾ ਸੇਵਾ ਪਰਉਪਕਾਰ ਦਾ ਕਾਰਜ ਕਰਦਾ ਜਾਂਦਾ, ਜੇ ਕੋਈ ਉਹਦੀ ਨਿੰਦਿਆ ਕਰਦਾ ਅਹਿਸਾਨ ਫਰਾਮੋਸ਼ੀ ਕਰਦਾ ਤੇ ਉਹ ਆਪਣੇ ਇਸ ਕਾਰਜ ਨੂੰ ਰੋਕਦਾ ਨਹੀਂ ਹੈ, ਉਹ ਨਿਰੰਤਰ ਪਰਮਾਤਮਾ ਦੇ ਨਿਮਿਤ, ਵਾਹਿਗੁਰੂ ਦੇ ਨਿਮਿਤ ਆਪਣੇ ਸੇਵਾ ਨੂੰ ਚਲਾਉਂਦਾ ਰਹਿੰਦਾ। ਦੁੱਤਦਾਰ ਸਾਹਿਬ, ਇਹ ਮੁਲਕ ਫਰੀਡਮ ਆਫ ਐਕਸਪ੍ਰੈਸ਼ਨ ਔਰ ਫਰੀਡਮ ਆਫ ਸਪੀਚ ਦੀ ਗੱਲ ਕਰਦਾ ਔਰ ਇਸ ਮੁਲਕ ਦੇ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੁੰਦੀ ਆ, ਜੇ ਤੁਸੀਂ ਵੀ ਆਏ ਸੀਗੇ ਇੱਥੇ ਵੇਖਿਆ ਸੀਗਾ, ਅਤੇ ਵੱਖ ਵੱਖ ਔਰਗਨਾਈਜੇਸ਼ਨਸ ਦਾ ਮੰਨਣਾ ਹੈ ਕਿ ਰਾਜ ਕਰੇਗਾ ਖਾਲਸਾ ਅਤੇ ਉਸ ਆਈਡੀਓਲੋਜੀ ਨੂੰ ਉਹ ਆਪਣੇ ਮਨ ਦੇ ਵਿੱਚ ਉਹਨਾਂ ਨੇ ਵਸਾਇਆ ਔਰ ਚਾਹੁੰਦੇ ਹਨ ਕਿ ਸਾਡਾ ਵੱਖਰਾ ਮੁਲਕ ਹੋਵੇ, ਜਿਵੇਂ ਕਿ ਤੁਸੀਂ ਵੇਖਿਆ ਕਿ ਅਸੀਂ ਵੱਖ ਵੱਖ ਜਿਹੜੇ ਔਰਗਨਾਈਜੇਸ਼ਨਸ ਨੇ ਖਾਲਿਸਤਾਨ ਦੀ ਮੰਗ ਕਰਦੇ ਨੇ, ਅਤੇ ਤੁਹਾਨੂੰ ਕੀ ਲੱਗਦਾ ਕਿ ਕਿਉਂ ਉਹਨਾਂ ਨੂੰ ਲੋੜ ਪਈ, ਅਜਿਹਾ ਕੀ ਉਹਨਾਂ ਦੇ ਮਨ ਦੇ ਵਿੱਚ ਹੈ, ਜਾਂ ਫਿਰ ਜਿਹੜੀ ਤਰਾਜ਼ਦੀ ਕੌਮ ਦੇ ਹੇਠ ਆਏ ਔਰ ਜਿਹੜੀ ਤਰਾਜ਼ਦੀ ਕੌਮ ਨੇ ਵੇਖੀ, ਕਿ ਤੁਹਾਨੂੰ ਲੱਗਦਾ ਕਿ ਇਸ ਕਰਕੇ ਅੱਜ ਉਹਨਾਂ ਦੇ ਮਨ ਦੇ ਵਿੱਚ ਪੰਜਾਬ ਨੂੰ ਲੈ ਕੇ ਦਰਦ ਹੈਗਾ ਅਤੇ ਤਾਂ ਹੀ ਉਹ ਵੱਖਰੇ ਮੁਲਕ ਦੀ ਵੀ ਜਿਹੜਾ ਹੈਗਾ ਮੰਗ ਕਰਦੇ ਨੇ, ਸੋ ਉਹਨਾਂ ਦੀ ਜਿਹੜੀ ਮੰਗ ਹੈਗੀ ਹੈ ਜਾਇਜ਼ ਹੈ ਕਿ ਨਾਜਾਇਜ਼ ਹੈ? ਮੈਂ ਇਹ ਸਮਝਦਾ ਕਿ ਇਹ ਮੰਗ ਉੱਠਦੀ ਕਿਉਂ ਹੈ ਸਾਡੇ ਮਨਾਂ ਦੇ ਵਿੱਚ, ਕੁਛ ਨਾ ਕੁਛ ਤਾਂ ਹੁੰਦਾ ਹੀ ਹੈ ਨਾ ਕਿ ਸਿੱਖ ਮਨਾਂ ਦੇ ਵਿੱਚ ਇਹ ਮੰਗ ਉੱਠਦੀ ਹੈ। ਜਿਵੇਂ ਤੁਸੀਂ ਕਿਹਾ ਕਿ ਪੱਛਮੀ ਮੁਲਕਾਂ ਦੇ ਵਿੱਚ, ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ ਬੋਲਣ ਦੀ ਆਜ਼ਾਦੀ ਹੈ, ਬਿਲਕੁਲ। ਅੱਜ ਸਾਡਾ ਜਿਹੜਾ ਪੰਜਾਬ ਦਾ ਬਹੁਤ ਸਾਰਾ ਜਿਹੜਾ ਨੌਜਵਾਨ ਹੈ ਉਹ ਇਹਨਾਂ ਵਿਦੇਸ਼ਾਂ ਵੱਲ ਮੂਵ ਕਰ ਰਿਹਾ, ਉਹ ਇਸੇ ਕਰਕੇ ਕਰ ਰਿਹਾ ਕਿਉਂਕਿ ਇੱਥੇ ਕਾਨੂੰਨ ਹੈ, ਇੱਥੇ ਲਾਓ ਹੈ, ਇੱਥੇ ਬੋਲਣ ਦੀ ਆਜ਼ਾਦੀ ਹੈ। ਲੇਕਿਨ ਹਿੰਦੁਸਤਾਨ 'ਚ ਕੀ ਹੈ? ਅੱਜ ਅਸੀਂ ਦੇਖ ਰਹੇ ਹਾਂ ਕਿ ਜਿਹਨਾਂ ਨੇ ਕੱਲ੍ਹ ਨਿਹੰਗਾ ਸਿੰਘਾਂ ਵਾਲੀ ਜਿਹੜੀ ਉਹ ਘਟਨਾ ਵਾਪਰੀ ਹੈ, ਅਸੀਂ ਉਸ ਘਟਨਾ ਦੀ ਕੋਈ ਸਿਫਤ ਨਹੀਂ ਕਰਦੇ, ਅਸੀਂ ਨਹੀਂ ਕਹਿੰਦੇ ਕਿ ਇਹ ਘਟਨਾ ਜਿਹੜੀ ਹੈ ਠੀਕ ਹੋਈ, ਮਾੜੀ ਹੋਈ, ਪੁਲਿਸ ਮੁਲਾਜ਼ਮ ਦਾ ਹੱਥ ਵੱਢਣਾ ਜਿਹੜਾ ਹੈ ਉਹ ਚੰਗੀ ਗੱਲ ਨਹੀਂ ਹੈ। ਪਰ ਜਿਹਨਾਂ ਨੇ ਵੀ ਇਸ ਘਟਨਾ ਦੇ ਦੌਰਾਨ ਕੋਈ ਪੋਸਟਾਂ ਪਾਈਆਂ ਹੈਗੀਆਂ, ਕੋਈ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਪੋਸਟਾਂ ਪਾਤੀਆਂ ਜਾਂ ਕਿਸੇ ਨੇ ਪਾਤੀਆਂ ਕਿ ਪੁਲਿਸ ਵੀ ਜਿਹੜਾ ਲੋਕਾਂ ਨਾਲ ਧੱਕਾ ਕਰਦੀ ਹੈ ਤੇ ਉਹਨਾਂ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਗਏ ਆ, ਤਾਂ ਕਿਤੇ ਨਾ ਕਿਤੇ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਤੇ ਬੇਗਾਨਗੀ ਦਾ ਅਹਿਸਾਸ ਹੁੰਦਾ ਤੇ ਫਿਰ ਹੀ ਮਨਾਂ ਦੇ ਵਿੱਚ ਇਹ ਮੰਗ ਜਿਹੜੀ ਹੈ ਪਨਪਦੀ ਹੈ। ਇਹ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹ ਸਿੱਖਾਂ ਦੇ ਅੰਦਰ ਬੇਗਾਨੀ ਦੀ, ਬੇਗਾਨਗੀ ਦੀ ਭਾਵਨਾ ਜਿਹੜੀ ਉਹ ਪਨਪਣ ਹੀ ਨਾ ਦੇਣ। ਕਿਉਂ ਪਨਪਦੀ ਹੈ? ਗੱਲ ਕੀਤੀ ਸੀ ਕਿ ਅਪਰਾਧ ਇੱਕ ਹੈ, ਅਗਰ ਹਿੰਦੂ ਕਰਦਾ ਉਹਦੇ ਲਈ ਵਿਆਖਿਆ ਹੋ ਰਿਹਾ, ਮੁਸਲਮਾਨ ਕਰਦਾ ਉਹਦੇ ਲਈ ਵਿਆਖਿਆ ਹੋ ਰਿਹਾ, ਸਿੱਖ ਕਰਦਾ ਉਹਦੇ ਲਈ ਵਿਆਖਿਆ ਹੋ ਰਿਹਾ, ਤੇ ਜਦੋਂ ਵਿਆਖਿਆ ਵੱਖਰੀ ਵੱਖਰੀ ਹੋ ਜਾਂਦੀ ਹੈ ਧਰਮ ਦੇ ਆਧਾਰ ਤੇ, ਫਿਰ ਇਹੋ ਜਿਹੀਆਂ ਮੰਗਾਂ ਜਿਹੜੀਆਂ ਉੱਠਣੀਆਂ ਸੁਭਾਅ।
ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਜਸ ਪੰਜਾਬੀ ਦੀ ਹੋਈ, ਸਾਡੀ ਟੀਮ ਦੀ ਹੋਈ। ਔਰ ਤੁਸੀਂ ਵੇਖਿਆ ਕਿ ਜਦ ਅਸੀਂ ਉਹਨਾਂ ਨੂੰ RSS ਨੂੰ ਲੈ ਕੇ ਸਵਾਲ ਕੀਤਾ ਤਾਂ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ। ਖਾਲਿਸਤਾਨ ਨੂੰ ਲੈ ਕੇ ਜਦ ਅਸੀਂ ਸਵਾਲ ਕੀਤਾ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ। ਅਕਾਲੀ ਦਲ ਸਪਸ਼ਟੀਕਰਨ ਕਿਉਂ ਨਹੀਂ ਦਿੰਦਾ, ਉਹਨਾਂ ਦਾ ਜਿਹੜਾ ਸਟੈਂਡ ਹੈ ਸਾਹਮਣੇ ਕਿਉਂ ਨਹੀਂ ਆਉਂਦਾ, ਕਲੀਅਰ ਕਿਉਂ ਨਹੀਂ ਹੁੰਦਾ? ਸਵਾਲ ਇੱਕ ਵੱਡਾ ਹੈ ਬਣਦਾ, ਅਕਾਲੀ ਦਲ ਦੀ ਵਿਚਾਰਧਾਰਾ ਹੈ ਕੀ, ਸੋਚਦੀ ਕੀ ਹੈ ਕਿ ਹਾਂ ਨਹੀਂ ਅਸੀਂ ਸਿੱਖਾਂ ਦਾ ਕੰਮ ਵੀ ਕਰਾਂਗੇ ਪਰ ਜੋ ਸਰਕਾਰ ਕਹੇਗੀ ਉਵੇਂ ਅਸੀਂ ਜਾ ਕੇ ਉਹਨਾਂ ਦੇ ਅੱਗੇ ਨਤਮਸਤਕ ਹੋਵਾਂਗੇ ਔਰ ਸਰਕਾਰ ਦੀ ਕਹੀ ਹੋਈ ਗੱਲ ਦੇ ਹੋਏ ਉੱਤੇ ਹੀ ਅਸੀਂ ਜਿਹੜੀ ਹੈ ਮੋਹਰ ਲਾਵਾਂਗੇ। ਸੋ ਇਹ ਮੋਹਰਾਂ ਜਿਹੜੀਆਂ ਹੈਗੀਆਂ ਲੱਗਦੀਆਂ ਕਿਵੇਂ ਨੇ? ਅਕਾਲੀ ਦਲ ਦਾ ਸੈਕਰੀਫਾਈਸ ਪੰਜਾਬ ਦੇ ਲਈ ਜਿਸ ਤਰੀਕੇ ਦੀ ਲਹਿਰ ਸੀਗੀ ਜਦ ਸ਼ੁਰੂ ਹੋਈ, ਸੋ ਉਸ ਤੋਂ ਬਾਅਦ ਹੁਣ ਦਾ ਅਕਾਲੀ ਦਲ ਕਿੰਨਾ ਉਹਨਾਂ ਦੇ ਵਿੱਚ ਫਰਕ ਹੈ? ਭੁਪਿੰਦਰ ਸਿੰਘ ਖਾਲਸਾ ਮੇਰੇ ਨਾਲ ਜੁੜ ਚੁੱਕੇ ਨੇ, ਸੀਨੀਅਰ ਅਕਾਲੀ ਲੀਡਰ ਨੇ ਅਤੇ ਨਾਲ ਅਕਾਲੀ ਦਲ ਨੂੰ ਮੈਂ ਕਹਾਂਗਾ ਬਿਲਕੁਲ ਅੰਦਰੋਂ ਤੱਕ ਜਾਣਦੇ ਨੇ। ਉਹਨਾਂ ਨੂੰ ਪਤਾ ਹੈ ਕਿ ਅਕਾਲੀ ਦਲ ਦੀ ਜਿਹੜੇ ਸੀਨੀਅਰ ਲੀਡਰਸ ਉਹਨਾਂ ਦੀ ਸੋਚ ਕੀ ਹੈ, ਪਰ ਹੁਣ ਅੱਜ ਕੱਲ੍ਹ ਜਦ ਗੱਲ ਢੀਂਡਸਾ ਜੀ ਦੀ ਹੁੰਦੀ ਹੈ ਤਾਂ ਉਹਨਾਂ ਦੀ ਵਿਚਾਰਧਾਰਾ ਦੇ ਤਹਿਤ ਉਹਨਾਂ ਦੇ ਬਿਆਨ ਵੀ ਸਾਹਮਣੇ ਆਉਂਦੇ ਹਨ। ਲੈਟਸ ਹੈਵ ਭੁਪਿੰਦਰ ਸਿੰਘ ਖਾਲਸਾ ਜੀ ਔਨ ਸਕਰੀਨ ਪਲੀਜ਼, ਔਰ ਉਹਨਾਂ ਦਾ ਅਸੀਂ ਸਵਾਗਤ ਵੀ ਕਰਦੇ ਹਾਂ ਔਰ ਇਸ ਬਿਆਨ ਨੂੰ ਅਸੀਂ ਜ਼ਰੂਰ ਲੈਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਭੁਪਿੰਦਰ ਸਿੰਘ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹਲੂਵਾਲੀਆ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਤੁਹਾਡੇ ਸਮੂਹ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਮੈਂ ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਇਹ ਲੈਣਾ ਚਾਹਾਂਗਾ, ਤੁਹਾਡੇ ਓਪਨਿੰਗ ਕਮੈਂਟਸ, ਇਸ ਬਿਆਨ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ? ਵੇਖੋ ਆਹਲੂਵਾਲੀਆ ਸਾਹਿਬ, ਇਹ ਇੱਕ ਲਫ਼ਜ਼ ਦੇ ਵਿੱਚ ਹੀ, ਦੋ ਇੱਕ ਲਾਈਨ ਦੇ ਵਿੱਚ ਹੀ ਇਹਦਾ ਜਵਾਬ ਆ ਕਿ ਇਹ ਬੇਲੋੜਾ ਔਰ ਬਿਨਾਂ ਕਿਸੇ ਸੋਚ ਸਮਝ ਦੇ ਇੱਕ ਬਚਕਾਨਾ ਬਿਆਨ ਕਿਹਾ ਜਾ ਸਕਦਾ ਇਹਨੂੰ। ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਬਹੁਤ ਮਹਾਨ ਹਸਤੀ ਆ, ਬੜੀ ਵੱਡੀ ਪੋਜੀਸ਼ਨ ਆ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ, ਪਰ ਪਿਛਲੇ ਸਮੇਂ ਤੋਂ ਸਾਰੀ ਕੌਮ ਜਾਣਦੀ ਆ, ਸਾਰਾ ਮੁਲਕ ਜਾਣਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਥੇਦਾਰ ਦੀ ਸਥਾਪਨਾ ਕੀਤੀ ਜਾਂਦੀ ਆ, ਜਥੇਦਾਰ ਦੀ ਨਿਯੁਕਤੀ ਕੀਤੀ ਜਾਂਦੀ ਹੈ। ਪਰ ਉਹ ਕਿਸ ਢੰਗ ਨਾਲ ਹੁੰਦੀ ਆ? ਜਦੋਂ ਇੱਕ ਪਰਿਵਾਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਕਬਜ਼ਾ ਹੋ ਚੁੱਕਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਗੀਆਂ, ਸਾਰੀ ਕੌਮ ਇਸ ਵੇਲੇ ਪਾਰਿਆ ਕਰ ਰਹੀ ਆ ਔਰ ਹਾਲ ਦੁਹਾਈ ਕਰ ਰਹੀ ਆ ਕਿ ਇੱਕ ਪਰਿਵਾਰ ਦਾ ਸਾਰੀਆਂ ਸੰਸਥਾਵਾਂ ਦੇ ਉੱਤੇ ਮੁਕੰਮਲ ਤੌਰ 'ਤੇ ਕਬਜ਼ਾ ਹੋ ਚੁੱਕਾ। ਔਰ ਜਦੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨਾ ਹੁੰਦਾ, ਉਹ ਵੀ ਲਿਫਾਫੇ ਦੇ ਵਿੱਚੋਂ ਨਿਕਲਦਾ, ਕੋਈ ਦੋ ਰਾਵਾਂ ਨਹੀਂ ਇਹਦੇ ਵਿੱਚ ਕਿ ਕਿਹਦੇ ਲਿਫਾਫੇ 'ਚੋਂ ਨਿਕਲਦਾ। ਔਰ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਹੋਣੀ ਹੁੰਦੀ ਆ ਔਰ ਕਿਹਦੇ ਇਸ਼ਾਰਿਆਂ 'ਤੇ ਹੁੰਦੀ ਆ, ਇਹ ਸਾਰੀ ਕੌਮ ਨੂੰ ਭਲੀ ਭਾਂਤ ਜਾਣੂ ਆ। ਔਰ ਅੱਜ ਇਹ ਜੋ ਭੰਬਲ ਭੂਸਾ ਪੈਦਾ ਕੀਤਾ ਗਿਆ, ਮੈਂ ਇਹਨੂੰ ਭੰਬਲ ਭੂਸਾ ਕਹੂੰਗਾ, ਇਹ ਸਿੱਖਾਂ ਦੀ ਇੱਕ ਬਹੁਤ ਹੀ, ਮੈਂ ਕਹਿੰਦਾ ਕਿ ਐਡੀ ਵੱਡੀ ਇੱਕ ਅੰਦਰੂਨੀ ਤਾਂਘ ਆ, ਇੰਨੀ ਵੱਡੀ ਉਹਨਾਂ ਦੀ ਇੱਕ ਅੰਦਰੂਨੀ ਇੱਛਾ ਕਹੀ ਜਾ ਸਕਦੀ ਆ, ਔਰ ਉਹਨੂੰ ਇੱਕ ਕਿਸਮ ਦੀ ਸੱਟ ਮਾਰੀ ਗਈ ਹੈ ਔਰ ਇੱਕ ਨਵੀਂ ਕਿਸਮ ਦਾ ਮੁੱਦਾ ਉਭਾਰ ਕੇ ਸਿੱਖ ਕੌਮ ਨੂੰ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਆ ਉਹ ਕਿਸੇ ਤੋਂ ਗੁਜਰਿਆ ਨਹੀਂ ਆ, ਉਹਨੂੰ ਉਭਾਰਨ ਵਾਸਤੇ, ਗਰਾਊਂਡ ਤਲਾਸ਼ਣ ਵਾਸਤੇ ਇਹ ਬੇਹੂਦਾ, ਮੈਂ ਬੇਹੂਦਾ ਹੀ ਕਹੂੰਗਾ, ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੈਂ ਇਹੋ ਜਿਹੇ ਲਫ਼ਜ਼ ਵਰਤਦਾ, ਕਿਉਂਕਿ ਇਹ ਅਕਾਲ ਤਖ਼ਤ ਸਾਹਿਬ ਦੇ ਮੂੰਹੋਂ ਨਿਕਲੇ ਲਫ਼ਜ਼ ਨੇ, ਸਾਨੂੰ ਹੱਕ ਨਹੀਂ ਗਾ ਕੋਈ ਇਹ ਗੱਲ ਕਰਨ ਦਾ। ਪਰ ਜਿੱਥੇ ਕੌਮ ਦਾ ਸਵਾਲ ਆ ਜਾਂਦਾ ਤਾਂ ਫਿਰ ਜੋ ਉੱਥੇ ਜਿਵੇਂ ਦਾ ਮਾਹੌਲ ਬਣਿਆ ਉਹ ਸਾਨੂੰ ਸਾਰੀ ਕੌਮ ਦੇ ਅੱਗੇ ਉਹਨੂੰ ਨਸ਼ਰ ਕਰਨ ਵਾਸਤੇ ਸਾਨੂੰ ਹਮੇਸ਼ਾ ਹੀ ਜ਼ਮੀਰ ਤੋਂ ਵੀ ਕੰਮ ਲੈਣਾ ਚਾਹੀਦਾ। ਇਹ ਨਹੀਂ ਕਿ ਅਸੀਂ, ਵੇਖੋ ਸਾਨੂੰ 30-35 ਸਾਲ ਹੋ ਗਏ ਪਾਰਟੀ ਦੇ ਵਿੱਚ ਔਰ ਅਸੀਂ ਕੀ ਵੇਖਦੇ ਰਹੇ ਹਾਂ, ਕੀ ਹੁੰਦਾ ਰਿਹਾ, ਪਰ ਹੁਣ ਇਹ ਪਰਤਾਂ ਜਿਹੜੀਆਂ ਉਗੜੀਆਂ ਨੇ 2015 ਤੋਂ ਬਾਅਦ, ਇਹ ਜੋ ਹੁਣ 2017 ਦੀ ਇਲੈਕਸ਼ਨ ਤੋਂ ਬਾਅਦ ਜੋ ਹਾਲ ਹੋਇਆ ਅਕਾਲੀ ਦਲ ਦਾ ਔਰ ਕਿਉਂ ਹੋਇਆ, ਜਦੋਂ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇੱਕੋ ਹੀ ਪਰਿਵਾਰ ਦੇ ਵੱਲ ਇਸ਼ਾਰਾ ਜਾਂਦਾ ਸਾਰੀ ਕੌਮ ਦਾ ਕਿ ਸਾਰੀ ਕੌਮ ਨੂੰ ਕਿਰਾਏ ਪਾ ਦਿੱਤਾ ਗਿਆ। ਔਰ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਦੇ ਉੱਤੇ ਜ਼ਬਾਨ ਖੋਲਣ ਲਈ ਤਿਆਰ ਨਹੀਂ ਆ। ਸ਼੍ਰੋਮਣੀ ਅਕਾਲੀ ਦਲ ਨੇ
श्रोमणी अकाली दल दे प्रधान ने कह लो जां सरप्रस्त ने कह लो एक इशारा मात्र दे के ते एक नवी विचारधारा नवा एक मुद्दा एक नवा एक पंबल पूसा पैदा कर दिता जी। और एदा स्पष्ट जिहड़ा मैं अपील करदा उस परिवार नूं क्योंकि श्रोमणी अकाली दल जिहड़ी अपने आप नूं सिखां दी नुमाइंदा जमात अखवाउंदी आ उस दे प्रधान सरदार सुखबीर सिंह बादल ने ਉਹ ਇਹਦੇ ਉੱਤੇ ਆਪਣੀ ਪੋਜੀਸ਼ਨ ਸਪਸ਼ਟ ਕਰਨ ਉਹ ਇਸ ਬਿਆਨ ਦੇ ਉੱਤੇ ਆਪਣੀ ਗੱਲ ਕਹਿਣ ਦੀ ਹਿੰਮਤ ਕਰਨ ਉਹ ਭਾਈ ਭੁਪਿੰਦਰ ਸਿੰਘ ਖਾਲਸਾ ਜੀ ਤੁਸੀਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਵੀ ਕਾਫੀ ਟਾਈਮ ਸਪੈਂਡ ਕੀਤਾ ਹੈ ਤੁਸੀਂ ਉਹਨਾਂ ਦੇ ਨਾਲ ਕਈ ਸਾਰੇ ਮੋਰਚਿਆਂ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਹੈ ਉਹਨਾਂ ਦੀ ਸੋਚ ਬਾਰੇ ਮੈਂ ਜੁੜ ਜਾਣਾ ਚਾਹਾਂਗਾ ਕਿ ਉਹਨਾਂ ਦੀ ਆਖਿਰਕਾਰ ਸੋਚ ਕੀ ਹੈ ਸੁਖਬੀਰ ਬਾਦਲ ਹੋਰਾਂ ਦੀ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਸੋਚ ਤਾਂ ਅਸੀਂ ਵੇਖ ਹੀ ਲਈ ਹੈ ਕਿ ਜੋ ਵਜ਼ਾਰਤ ਉਹਨਾਂ ਨੇ ਹਾਸਿਲ ਕੀਤੀ ਹੋਈ ਹੈ ਤਾਂ ਉਹ ਕੇਂਦਰ ਸਰਕਾਰ ਦੀ ਹੀ ਜ਼ੁਬਾਨੀ ਬੋਲਣਗੇ ਜੋ ਉਹ ਕਹਿਣਗੇ ਪਰ ਸੀਨੀਅਰ ਲੀਡਰਸ ਜਦ ਮੈਂ ਗੱਲ ਕਰਦਾ ਹੁਣ ਮੈਂ ਢੀਂਡਸਾ ਸਾਹਿਬ ਦੀ ਗੱਲ ਕਰ ਲਵਾਂ ਜਿਹੜੇ ਹੋਰ ਟਕਸਾਲੀ ਆਗੂ ਨੇ ਉਹਨਾਂ ਨਾਲ ਵੀ ਤੁਹਾਡਾ ਰਾਬਤਾ ਹੈਗਾ ਉਹਨਾਂ ਵਿੱਚ ਬ੍ਰਹਮਪੁਰਾ ਸਾਹਿਬ ਨੇ ਉਹਨਾਂ ਵਿੱਚ ਢੀਂਡਸਾ ਸਾਹਿਬ ਨੇ ਸੋ ਕਈ ਸਾਰੇ ਸੀਨੀਅਰ ਲੀਡਰਸ ਨੇ ਅਗਰ ਉਸ ਟਾਈਮ ਇਹ ਮੋਰਚੇ ਅਜਿਹੇ ਤਰੀਕੇ ਨਾਲ ਲਾਏ ਹੁੰਦੇ ਤਾਂ ਅੱਜ ਅਕਾਲ ਤਖ਼ਤ ਸਾਹਿਬ ਤੋਂ ਜਿਹੜੀ ਆਵਾਜ਼ ਆਉਣੀ ਚਾਹੀਦੀ ਸੀਗੀ ਉਹ ਖਾਲਿਸਤਾਨ ਜ਼ਿੰਦਾਬਾਦ ਦੀ ਆਉਣੀ ਚਾਹੀਦੀ ਸੀਗੀ ਜਾਂ ਫਿਰ ਸਰਕਾਰ ਸਾਨੂੰ ਖਾਲਿਸਤਾਨ ਦਿੰਦੀ ਹੈ ਉਹਦੀ ਆਵਾਜ਼ ਜਿਹੜੀ ਹੁਣ ਆ ਰਹੀ ਹੈ ਇਹ ਤਮਾਮ ਸਵਾਲ ਜਿਹੜੇ ਬੰਦੇ ਨੇ ਜਿਹੜਾ ਸਿੱਖ ਡਾਇਸਪੋਰਾ ਵੀ ਜਾਣਨਾ ਚਾਹੁੰਦਾ ਔਰ ਬਾਕਾਇਦਾ ਜਿਹੜੀ ਔਰਗਨਾਈਜੇਸ਼ਨਸ ਇਸ ਮੁੱਦੇ ਦੇ ਉੱਤੇ ਕੰਮ ਕਰ ਰਹੀਆਂ ਹਨ ਉਹ ਵੀ ਜਾਣਨਾ ਚਾਹੁੰਦੀਆਂ ਹਨ ਕਿਉਂਕਿ ਕਨਫਿਊਜ਼ਨ ਕ੍ਰੀਏਟ ਕੀਤੀ ਹੋਈ ਹੈ ਸਰਕਾਰ ਦਿੰਦੀ ਹੈ ਤਾਂ ਲਵਾਂਗੇ ਇਸ ਮੁੱਦੇ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਕਾਫੀ ਸਾਰੀ ਕਾਲਸ ਮੈਂ ਦੇਖ ਰਿਹਾ ਹੋਲਡ ਦੇ ਉੱਤੇ ਹੈਗੀਆਂ ਮੈਂ ਤੁਹਾਡੀ ਕਾਲਸ ਵੀ ਲਵਾਂਗਾ ਤੁਹਾਨੂੰ ਵੀ ਸੁਣਾਂਗਾ ਔਰ ਜਿਹੜੇ ਮੇਰੇ ਨਾਲ ਗੈਸਟ ਜੁੜਨਗੇ ਉਹਨਾਂ ਨੂੰ ਵੀ ਸੁਣਾਂਗਾ ਪਰ ਇਸ ਵਿਸ਼ੇ ਦੇ ਉੱਤੇ ਗਲਤੀ ਕਰਨੀ ਬਣਦੀ ਹੈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਮੈਂ ਕਹਿ ਦਿੱਤਾ ਹੈਗਾ ਕਿ ਜੇ ਭਾਰਤ ਸਰਕਾਰ ਦਿੰਦੀ ਹੈ ਸਾਨੂੰ ਤਾਂ ਅਸੀਂ ਲਵਾਂਗੇ ਮੈਂ ਕਹਿ ਦਿੱਤਾ ਹੈਗਾ ਕਿ ਜੇ ਭਾਰਤ ਸਰਕਾਰ ਦਿੰਦੀ ਹੈ ਸਾਨੂੰ ਤਾਂ ਅਸੀਂ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੇ ਭਾਰਤ ਸਰਕਾਰ ਦਿੰਦੀ ਹੈ ਤਾਂ ਲਵਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੈ ਕਈ ਸਾਰੇ ਅਕਾਲੀ ਲੀਡਰਸ ਨੂੰ ਅਸੀਂ ਇੰਡੀਆ ਦੇ ਵਿੱਚ ਫੋਨ ਕੀਤਾ ਉਸ ਵਿਸ਼ੇ ਦੇ ਉੱਤੇ ਬੋਲਣਾ ਨਹੀਂ ਚਾਹੁੰਦੇ ਸੀਗੇ ਪਰ ਸਿੱਖ ਡਾਇਸਪੋਰਾ ਸਿੱਖ ਜਿਹੜੇ ਅੱਜ ਇਸ ਮੁਲਕ ਦੇ ਵਿੱਚ ਵੱਸਦੇ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਦੇ ਪ੍ਰੈਜੀਡੈਂਟ ਸ਼੍ਰੋਮਣੀ ਅਕਾਲੀ ਦਲ ਦੇ ਬਾਕਾਇਦਾ ਇੱਥੇ ਮੌਜੂਦ ਨੇ ਈਸ਼ਕੋਸ ਦੇ ਉਹ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮੋਹਨ ਸਿੰਘ ਖੱਟੜਾ ਭੁਪਿੰਦਰ ਸਿੰਘ ਖਾਲਸਾ ਵੀ ਸਾਡੇ ਨਾਲ ਮੌਜੂਦ ਨੇ ਸੀਨੀਅਰ ਅਕਾਲੀ ਲੀਡਰ ਅਸੀਂ ਮੋਹਨ ਸਿੰਘ ਖੱਟੜਾ ਹੋਰਾਂ ਤੋਂ ਜਾਣਨਾ ਚਾਹੁੰਦੇ ਹਾਂ ਖੱਟੜਾ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਇਸ ਬਿਆਨ ਨੂੰ ਜੇ ਭਾਰਤ ਸਰਕਾਰ ਦੇਵੇਗੀ ਤਾਂ ਲਵਾਂਗੇ ਕੀ ਅਸੀਂ ਭਾਰਤ ਸਰਕਾਰ ਤੋਂ ਨਹੀਂ ਮੰਗ ਸਕਦੇ ਜਦ ਅਸੀਂ ਸਿੱਖਾਂ ਦੇ ਮਸਲਿਆਂ ਦੀ ਗੱਲ ਕਰਦੇ ਹਾਂ ਇਹ ਵੀ ਇੱਕ ਮਸਲਾ ਜਿਹੜਾ ਹੈਗਾ ਸਿੱਖ ਮੰਨਦੇ ਨੇ ਸਾਡੇ ਲਈ ਹੈਗਾ ਸੋ ਕੀ ਅਸੀਂ ਉਹਨਾਂ ਤੋਂ ਨਹੀਂ ਮੰਗ ਸਕਦੇ ਜਾਂ ਫਿਰ ਜਦ ਸਰਕਾਰ ਦੇਵੇਗੀ ਤਾਂ ਲਵਾਂਗੇ ਕਿਸ ਤਰੀਕੇ ਨਾਲ ਵੇਖਦੇ ਹੋ ਇਸ ਬਿਆਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜੀ ਬੇਨਤੀ ਇਹ ਹੈ ਵੀ ਜਿਹੜਾ ਦੇਖੋ ਮੈਂ ਬਿਆਨ ਮੈਂ ਨਾ ਤੁਹਾਡੇ ਜਸ ਪੰਜਾਬੀ ਤੇ ਸੁਣਿਆ ਪਹਿਲਾਂ ਹੀ ਮੈਂ ਤੁਹਾਨੂੰ ਦੱਸਾਂ ਕਿਉਂਕਿ ਮੈਂ ਜਥੇਦਾਰ ਸਾਹਿਬ ਦਾ ਬਿਆਨ ਆਪ ਨਹੀਂ ਬਿਲਕੁਲ ਵੀ ਸੁਣਿਆ ਪਰ ਜਿਹੜੀ ਜਿਹੜੀ ਗੱਲ ਜਿਹੜੀ ਸ਼ੁਰੂ ਚ ਗੱਲ ਹੈ ਕਿਉਂਕਿ ਇਹ ਤਾਂ ਸੁਪਰੀਮ ਕੋਰਟ ਨੇ ਵੀ ਵੈਰੀ ਕਲੀਅਰ ਕੀਤਾ ਵਾ ਜਮੇ ਹੀ ਵੀ ਤੁਸੀਂ ਖਾਲਿਸਤਾਨ ਦੀ ਮੰਗ ਵੀ ਕਰ ਸਕਦੇ ਹੋ ਨਾਰਾ ਵੀ ਲਾ ਸਕਦੇ ਹੋ ਬਟ ਵਾਇਲੇਸ਼ਨ ਨਹੀਂ ਕਰਨੀ ਸੁਪਰੀਮ ਕੋਰਟ ਕੀ ਕਹਿੰਦੀ ਹੈ ਉਹ ਸਾਨੂੰ ਪਤਾ ਹੈ ਸ਼੍ਰੋਮਣੀ ਅਕਾਲੀ ਦਲ ਕੀ ਕਹਿੰਦੀ ਉਹ ਦੱਸੋ ਅਸੀਂ ਬਿਲਕੁਲ ਜਿਹੜਾ ਦੇਖੋ ਜੀ ਇਹ ਇਹਦੇ ਵਿੱਚ ਗੱਲ ਕੋਈ ਲੁਕਾ ਛਪਾ ਕੇ ਨਹੀਂ ਹੈਗੀ ਦਾਸ ਪੰਜ ਸਾਲ ਚੇਅਰਮੈਨ ਵੀ ਰਿਹਾ ਜੋ ਜਥੇਦਾਰ ਸਾਹਿਬ ਦਾ ਹੁਕਮ ਹੈ ਕਿਉਂਕਿ ਜਥੇਦਾਰ ਸਾਹਿਬ ਦਾ ਹੁਕਮ ਨਹੀਂ ਜਥੇਦਾਰ ਸਾਹਿਬ ਦਾ ਨਹੀਂ 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 ਪਾਰਟੀ ਦਾ ਪਾਰਟੀ ਕੀ ਸੋਚਦੀ ਹੈ ਪਾਰਟੀ ਦੀ ਕੀ ਵਿਚਾਰਧਾਰਾ ਵਟ ਪਾਰਟੀ ਥਿੰਕਸ ਦੇਖੋ ਪਾਰਟੀ ਫਿਰ ਉਹੀ ਗੱਲ ਹੈ ਨਾ ਵੀ ਹੁਣ ਤੁਸੀਂ ਮੈਨੂੰ ਦੂਜੇ ਲੋੜ ਜੇ ਕੁਐਸਚਨ ਕਰੋ ਜੇ ਜਥੇਦਾਰ ਸਾਹਿਬ ਨੇ ਕਿਹਾ ਵੀ ਜੇ ਸਾਨੂੰ ਮੰਨ ਅਸੀਂ ਜਿਹੜਾ 1984 ਚ ਵਾਇਲੇਸ਼ਨ ਜਾਂ ਹੋਈ ਹੈ ਸਿੱਖਾਂ ਦਾ ਨੁਕਸਾਨ ਤਾਂ ਨਹੀਂ ਕਰਾਉਣਾ ਚਾਹੁੰਦੇ ਜੇ ਹੁਣ ਜਥੇਦਾਰ ਸਾਹਿਬ ਨੇ ਵੈਰੀ ਕਲੀਅਰ ਕਿਹਾ ਜੇ ਸਾਨੂੰ ਖਾਲਿਸਤਾਨ ਮਿਲਦਾ ਜੇ ਸਾਨੂੰ ਖਾਲਿਸਤਾਨ ਮਿਲਦਾ ਤਾਂ ਮਤਲਬ ਇਹਦੇ ਵਿੱਚ ਕੀ ਜਦੋਂ ਹਿੰਦੂ ਆਪਣਾ ਰਾਜ ਮੰਗ ਸਕਦੇ ਹੈ ਇਹਦੇ ਵਿੱਚ ਕੀ ਗੁਨਾਹ ਹੈ ਜੇ ਜੇ ਸਿੱਖਾਂ ਨੂੰ ਖਾਲਿਸਤਾਨ ਮਿਲਦਾ ਤੇ ਇਹਦੇ ਵਿੱਚ ਕੋਈ ਦੂਜੀ ਰਾਇ ਨਹੀਂ ਹੈਗੀ ਜੀ ਖਰੜਾ ਸਾਹਿਬ ਜਿਹੜੀ ਜਥੇਦਾਰ ਦਾ ਬਿਆਨ ਪੂਰੇ ਕੌਮ ਨੇ ਸੁਣ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਲੀਡਰ ਦਾ ਅਜੇ ਤੱਕ ਬਿਆਨ ਨਹੀਂ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਐਜ਼ ਐਨ ਪਾਰਟੀ ਲੀਡਰ ਐਜ਼ ਐਨ ਪ੍ਰੈਜ਼ੀਡੈਂਟ ਆਫ ਈਸਟ ਕੋਸਟ ਇਨ ਅਮੈਰੀਕਾ ਤੁਹਾਨੂੰ ਕੀ ਲੱਗਦਾ ਹੈ ਕਿ ਮੰਗਣਾ ਸਰਕਾਰ ਤੋਂ ਚਾਹੀਦਾ ਜਾਂ ਫਿਰ ਸਰਕਾਰ ਦੇ ਅੱਗੇ ਅਸੀਂ ਬੇਨਤੀ ਕਰੀਏ ਕਿ ਸਾਨੂੰ ਦਵੋ ਜਾਂ ਫਿਰ ਸਾਨੂੰ ਲੈਣਾ ਚਾਹੀਦਾ ਮੰਗਣਾ ਚਾਹੀਦਾ ਜਾਂ ਲੈਣਾ ਚਾਹੀਦਾ ਇਹ ਮੈਂ ਜਾਣਨਾ ਚਾਹੁੰਦਾ
ਦੇਖੋ ਅਸੀਂ ਐ ਨੀ ਕਹਿੰਦੇ ਵੀ ਸਰਕਾਰ ਨੂੰ ਬੇਨਤੀ ਕਰੀਏ ਤੇ ਇਹ ਆਪਣੇ ਆਲੂ ਵਾਲੇ ਸਾਹਿਬ ਤੁਹਾਨੂੰ ਕਲੀਅਰ ਇੱਕ ਗੱਲ ਦਾ ਤੁਹਾਨੂੰ ਪਤਾ ਨਾ ਵੀ ਜਿਹੜੇ ਕੁਛ ਕੁ ਬੰਦੇ ਚਾਹੇ ਜੋ ਮਰਜ਼ੀ ਕਹਿਣ ਅਕਾਲੀ ਦਲ ਸਿੱਖਾਂ ਲਈ ਹਮੇਸ਼ਾ ਹੀ ਜਿੰਨੇ ਵੀ ਕੋਈ ਵੀ ਵੱਧ ਅਧਿਕਾਰ ਜਾਂ ਪਾਣੀ ਜਿੱਤਾਂ ਵੀ ਹਮੇਸ਼ਾ ਹੀ ਲੜਾਈ ਲੜਦਾ ਰਿਹਾ ਇਹ ਤਾਂ ਹੁਣ ਜਦੋਂ ਮਤਲਬ ਕੁਛ ਕੁ ਮੈਂ ਗੱਲ ਸੁਣਿਆ ਉਹ ਜਥੇਦਾਰ ਜੀ ਉਹ ਅਸੀਂ ਹਮੇਸ਼ਾ ਹੀ ਅਕਾਲ ਤਖ਼ਤ ਸਾਹਿਬ ਨੂੰ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਵੱਲੋਂ ਵੀ ਪਹਿਲਾਂ ਵੀ ਮੈਂ ਵੀਂਗੇ ਪ੍ਰਧਾਨ ਵੀ ਕਹਿੰਦਾ ਵੀ ਸਾਡਾ ਸਿਰ ਚੁੱਕਦਾ ਜੋ ਜਥੇਦਾਰ ਸਾਹਿਬ ਦਾ ਹੁਕਮ ਆਊਗਾ ਸਾਡੀ ਪਾਰਟੀ ਉਹਦੇ 100% ਨਾਲ ਹੈ ਕੋਈ ਇਹਦੇ ਵਿੱਚ ਗੱਲ ਘੁਮਾ ਫਰਾ ਕੇ ਨਹੀਂ ਹੈਗੀ ਵੀ ਅਸੀਂ ਪਰ ਅਸੀਂ ਉਹ ਜਿਹੜੀ ਵਾਇਲੇਸ਼ਨ ਜੇ ਤੁਸੀਂ ਕਹਿੰਦੇ ਵੀ ਜਿਹੜੇ ਵੀਰ ਮੰਗ ਰਹੇ ਹਾਂ ਉਹਨਾਂ ਵਿੱਚ ਕੀ ਪਹਿਲਾਂ ਜਥੇਦਾਰ ਸਾਹਿਬ ਨੇ ਇੱਕ ਕਿੱਡੀ ਬੜੀ ਗੱਲ ਕਹੀ ਹੈ ਦਾਸ ਨੇ 7-8 ਵਾਰ ਸਟੇਜ ਤੋਂ ਕਿਹਾ ਵੀ ਹੱਥ ਜੋੜ ਕੇ ਬੇਨਤੀ ਹੈ ਜੇ ਸਾਰੇ ਸਿੱਖ ਪਹਿਲਾਂ ਇੱਕ ਤਾਂ ਹੋ ਜਾਈਏ ਇੱਥੇ ਆਪਾਂ ਵੀ ਹਿਸਾਬ ਕਿਤਾਬ ਲਾ ਲਈਏ ਹੱਥ ਆਪਾਂ ਕੁਐਸਚਨ ਕਰ ਲਿਆ ਠੀਕ ਹੈ ਗੁੱਡਾ ਤੁਹਾਡਾ ਬਣਦਾ ਕਰਨਾ ਪਰ ਸਾਨੂੰ ਸਿੱਖ ਕੌਮ ਨੂੰ ਰਲ ਕੇ ਸਿੱਖ ਕੌਮ ਦੇ ਸਾਰੀ ਮਤਲਬ ਕੇ ਇਕੱਠੀ ਹੋ ਕੇ ਅਕਾਲ ਤਖ਼ਤ ਸਾਹਿਬ ਦੇ ਮਤਲਬ ਕੇ ਝੰਡੇ ਥੱਲੇ ਤੇ ਸਾਨੂੰ ਜੋ ਵੀ ਮੰਗ ਜੋ ਵੀ ਹੁਕਮ ਹੋਊਗਾ ਅਕਾਲ ਤਖ਼ਤ ਸਾਹਿਬ ਦਾ ਸਾਨੂੰ ਸਿਰ ਮੱਥਿਆ ਪੀਂਗੇ ਪਾਰਟੀ ਜੀ ਸ਼੍ਰੋਮਣੀ ਅਕਾਲੀ ਦਲ। ਤੁਸੀਂ ਲਾਈਨ ਤੇ ਬਣੇ ਰਹੋ ਮੋਹਨ ਸਿੰਘ ਜੀ ਭੁਪਿੰਦਰ ਸਿੰਘ ਖਾਲਸਾ ਜੀ ਸਾਡੇ ਨਾਲ ਮੌਜੂਦ ਨੇ। ਖਾਲਸਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਵਾਲ ਲਏ ਮੋਹਨ ਸਿੰਘ ਖੱਟੜਾ ਹੋਰਾਂ ਤੋਂ ਤੁਸੀਂ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਪਹਿਲਾਂ ਮੈਨੂੰ ਸਵਾਲ ਕੀਤਾ ਕਿ ਬਾਦਲ ਸਾਹਿਬ ਦੀ ਜਿਹੜੀ ਸੋਚ ਆ ਉਹਦੇ ਬਾਰੇ ਥੋੜ੍ਹੀ ਗੱਲ ਕਰੋ ਜੀ। ਉਹ ਮੈਂ ਬਹੁਤ ਥੋੜ੍ਹੇ ਲਫ਼ਜ਼ਾਂ ਦੇ ਵਿੱਚ ਤੁਹਾਨੂੰ ਦੱਸ ਦੇਣਾ ਕਿ ਬਾਦਲ ਸਾਹਿਬ ਦੀ ਸੋਚ ਜਿਹੜੀ ਆ ਉਹਦਾ ਸਿਰਫ ਜਾਂ ਪਰਮਾਤਮਾ ਨੂੰ ਪਤਾ ਹੁੰਦਾ ਔਰ ਜਾਂ ਬਾਦਲ ਸਾਹਿਬ ਨੂੰ ਪਤਾ ਹੁੰਦਾ, ਤੀਸਰੇ ਬੰਦੇ ਨੂੰ ਕਿਸੇ ਨੂੰ ਪਤਾ ਨਹੀਂ ਆ ਕਿ ਉਹਨਾਂ ਦੀ ਸੋਚ ਕੀ ਆ। ਜਿੱਥੋਂ ਤੱਕ ਗੱਲ ਰਹਿ ਗਈ ਸ਼੍ਰੋਮਣੀ ਅਕਾਲੀ ਦਲ ਦੀ, ਵੇਖੋ 1973 ਦੇ ਵਿੱਚ ਅਸੀਂ ਅਨੰਦਪੁਰ ਸਾਹਿਬ ਦੇ ਮਤੇ 'ਤੇ ਪਹਿਰਾ ਦੇਣ ਵਾਸਤੇ ਸਾਰੀ ਕੌਮ ਇਕੱਠੀ ਹੋਈ। ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਕੀਤੀ। ਉਹ ਗੱਲਾਂ ਸਾਡੀਆਂ ਜਿਹੜੀਆਂ ਸਾਰੀਆਂ ਸਾਨੂੰ ਵਿਸਰ ਗਈਆਂ ਨੇ। ਜਿਹੜੀ ਸਾਨੂੰ ਫੈਡਰਲ ਢਾਂਚਾ ਸੀਗਾ ਉਹ ਸਾਡਾ ਵਿਸਰ ਗਿਆ ਹੈ। ਜਿਹੜਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦਾ ਜਾਂ ਲੈਣ ਦਾ ਮਸਲਾ ਸੀ ਉਹ ਸਾਡਾ ਵਿਸਰ ਗਿਆ। ਅੱਜ ਤੋਂ 1982 ਦੇ ਵਿੱਚ ਤੁਸੀਂ ਵੇਖੋ ਕਿ ਬਾਦਲ ਸਾਹਿਬ ਨੇ ਖੁਦ ਜਾ ਕੇ 25-20 ਧਾਰਾ ਜਿਹੜੀ ਆ ਦਿੱਲੀ ਦੇ ਵਿੱਚ ਪਾੜੀ ਔਰ ਸਾੜੀ ਔਰ ਮੰਗ ਕੀਤੀ ਕਿ ਸਿੱਖਾਂ ਨੂੰ ਇੱਕ ਕੌਮ ਦਾ ਦਰਜਾ ਦਿੱਤਾ ਜਾਵੇ। ਅੱਜ ਤੱਕ ਇੰਡੀਆ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਨੂੰ ਇੱਕ ਕੌਮ ਦਾ ਦਰਜਾ ਤੇ ਦਵਾ ਨਹੀਂ ਸਕਿਆ ਤੇ ਖਾਲਿਸਤਾਨ ਅਸੀਂ ਕਿਸ ਤਰ੍ਹਾਂ ਲੈ ਲਵਾਂਗੇ ਉੱਥੇ? ਹਾਂ, ਉਸ ਤੋਂ ਬਾਅਦ ਬਾਦਲ ਸਾਹਿਬ ਨੇ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਤਾਂ ਧਰਮੀ ਫੌਜੀਆਂ ਨੂੰ ਇੱਕ ਕਾਲ ਦਿੱਤੀ ਔਰ ਬੈਰਕਾਂ ਛੱਡਣ ਦਾ ਉਹਨਾਂ ਨੂੰ ਇਹ ਵੀ ਉਦੋਂ ਇੱਕ ਬੇਸ ਬਣਾਉਣ ਦਾ ਹੀ ਤਰੀਕਾ ਚੱਲਿਆ ਸੀਗਾ। ਆਲੂਵਾਲੀਆ ਸਾਹਿਬ 36 ਸਾਲ ਹੋ ਗਏ ਬਲੂ ਸਟਾਰ ਆਪਰੇਸ਼ਨ ਨੂੰ, 36 ਸਾਲ ਜੀ, ਔਰ 36 ਸਾਲਾਂ ਦੇ ਵਿੱਚੋਂ 17 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ ਪੰਜਾਬ ਦੇ ਵਿੱਚ ਔਰ ਉਹਦੇ ਵਿੱਚੋਂ 15 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਰਹੇ ਨੇ ਜੀ। ਉਦੋਂ ਸਾਨੂੰ ਕਦੀ ਪੰਜਾਬ ਦੇ ਅਧਿਕਾਰਾਂ ਦੀ, ਸਿੱਖਾਂ ਦੇ ਅਧਿਕਾਰਾਂ ਦੀ, ਸਾਡੀ ਕੌਮ ਦੇ ਅਧਿਕਾਰਾਂ ਦਾ ਸਾਨੂੰ ਕਦੀ ਚੇਤਾ ਨਹੀਂ ਆਉਂਦਾ ਜੀ। ਜੀ ਭੁਪਿੰਦਰ ਸਿੰਘ ਜੀ, ਬਿਲਕੁਲ ਬਿਲਕੁਲ, ਆਪਾਂ ਲਵਾਂਗੇ ਇਸ ਗੱਲ ਦੇ ਉੱਤੇ ਵੀ ਆਵਾਂਗੇ। ਮੈਂ ਮੋਹਨ ਸਿੰਘ ਖੱਟੜਾ ਹੋਰਾਂ ਤੋਂ ਇੱਕ ਸਵਾਲ ਹੋਰ ਲਵਾਂ। ਮੋਹਨ ਸਿੰਘ ਖੱਟੜਾ ਜੀ, ਕੀ ਤੁਹਾਨੂੰ ਲੱਗਦਾ ਤੁਸੀਂ ਕਿਹਾ ਕਿ ਠੀਕ ਹੈ ਅਸੀਂ ਜਥੇਦਾਰ ਸਾਹਿਬ ਦੇ ਨਾਲ ਹਾਂ, ਜੋ ਜਥੇਦਾਰ ਸਾਹਿਬ ਕਹਿਣਗੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਾਂਗੇ? ਚਲੋ ਇੱਕ ਮਿੰਟ ਲਈ ਅਸੀਂ ਇਸ ਗੱਲ ਨੂੰ ਮੰਨ ਲੈਂਦੇ ਹਾਂ, ਤੁਹਾਡੀ ਕਹੀ ਹੋਈ ਗੱਲ ਨੂੰ ਰਿਸਪੈਕਟ ਕਰਦੇ ਹਾਂ ਤੁਹਾਡੀ ਗੱਲ। ਮੈਨੂੰ ਹੁਣ ਦੱਸੋ ਕਿ ਜਿਹੜੀ ਇਹ ਗੱਲ ਹੁਣ ਕਹੀ ਗਈ ਹੈ, ਜੇ ਇਹੀ ਗੱਲ ਤੁਹਾਡੀ ਸਰਕਾਰ ਦੇ ਸਮੇਂ ਤੁਹਾਡੇ ਮੁੱਖ ਮੰਤਰੀ ਜਾਂ ਫਿਰ ਉਪ ਮੁੱਖ ਮੰਤਰੀ ਵੱਲੋਂ ਕਹੀ ਜਾਂਦੀ 6 ਜੂਨ ਦੇ ਮੌਕੇ, ਤਾਂ ਇੱਕ ਗੱਲ ਲੱਗ ਗਈ ਸੀਗੀ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਕਲੀਅਰ ਹੈ, ਜਾਂ ਫਿਰ ਤੁਹਾਨੂੰ ਲੱਗਦਾ ਕਿ ਜਿਹੜਾ ਸਰਬੱਤ ਖਾਲਸਾ ਹੋਇਆ ਉਸ ਤੋਂ ਬਾਅਦ, ਉਸ ਤੋਂ ਪਹਿਲਾਂ ਬੇਦਬੀਆਂ ਦੇ ਜਿਹੜੇ ਮਾਮਲੇ ਹੋਏ ਔਰ ਕਈ ਸਾਰੇ ਇਲਜ਼ਾਮ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਰੱਖੇ, ਭਾਵੇਂ ਉਹ ਪੰਜਾਬ ਦੀ ਲੁੱਟ ਖੋਹ ਦਾ ਮਾਮਲਾ ਹੋਵੇ, ਪਾਣੀਆਂ ਦਾ ਮੁੱਦਾ ਹੋਵੇ, ਰੇਤ ਦਾ ਮੁੱਦਾ ਹੋਵੇ, ਨਸ਼ਾ ਦਾ ਮੁੱਦਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦਬੀ ਦੇ ਮਾਮਲੇ ਹੋਣ, ਤੁਹਾਨੂੰ ਲੱਗਦਾ ਕਿ ਹੁਣ ਸਿੱਖ ਭਾਈਚਾਰੇ ਨੂੰ, ਸਿੱਖ ਡਾਇਸਪੋਰੇ ਨੂੰ ਖੁਸ਼ ਕਰਨ ਦੇ ਲਈ ਇਹ ਜਥੇਦਾਰ ਸਾਹਿਬ ਦੇ ਮੂੰਹ ਤੋਂ ਕਲਵਾਇਆ ਗਿਆ ਡੈਮੇਜ ਨੂੰ ਕੰਟਰੋਲ ਕਰਨ ਦੇ ਲਈ? ਖੁਦ ਸਾਹਮਣੇ ਨਹੀਂ ਆਏ ਲੀਡਰ ਤੁਹਾਡੇ ਸੀਨੀਅਰ ਲੀਡਰ, ਭਾਵੇਂ ਉਹ ਸੁਖਬੀਰ ਬਾਦਲ ਹੋਣ, ਹਰਸਿਮਰਤ ਕੌਰ ਬਾਦਲ ਹੋਣ ਜਾਂ ਫਿਰ ਮਜੀਠੀਆ ਸਾਹਿਬ ਹੋਣ, ਨੋਬਡੀ ਕੇਮ ਇਨ ਫਰੰਟ।
ਹੁਣ ਜਥੇਦਾਰ ਸਾਹਿਬ ਦੇ ਮੋਢੇ 'ਤੇ ਬੰਦੂਕ ਚੱਕ ਕੇ ਰੱਖ ਕੇ ਚਲਾਈ ਜਾ ਰਹੀ ਹੈ। ਔਰ ਤੁਸੀਂ ਵੀ ਉਹੀ ਕਹਿ ਰਹੇ ਹੋ ਕਿ ਜੋ ਜਥੇਦਾਰ ਸਾਹਿਬ ਕਹਿਣਗੇ ਬਿਲਕੁਲ ਠੀਕ ਹੈ। ਆਲੂਵਾਲੇ ਸਾਹਿਬ ਬੇਨਤੀ ਇੱਕ ਹੈ ਜੀ, ਹੁਣ ਦੇਖੋ ਵਿੱਚ ਆਪਾਂ ਬਰਗਾੜੀ ਦੀ ਵਾਲੀ ਗੱਲ ਲੈ ਗਏ, ਉਹਦੇ ਵਿੱਚ ਦੋਸ਼ੀ ਕੌਣ ਪਾਇਆ ਗਿਆ? ਜਿਨ੍ਹਾਂ ਨੇ ਚਲੋ ਇਹ ਗੱਲਾਂ ਇਹ ਹੁੰਦੀਆਂ ਹੈ, ਇਹ ਗੱਲਾਂ ਹੁੰਦੀਆਂ ਨੇ ਮਤਲਬ ਕਿ ਪੋਲੀਟੀਕਲ, ਉਹਨਾਂ ਵਿੱਚ ਜਿਨ੍ਹਾਂ ਨੇ ਇਲੈਕਸ਼ਨ ਜਿੱਤ ਲਈ ਫਿਰ ਉਹਦੇ ਬਾਅਦ ਕੀ ਹਾਲ ਹੋਇਆ। ਬਾਕੀ ਢੀਂਡਸਾ ਸਾਹਿਬ ਵੀ ਤੁਹਾਨੂੰ ਪਤਾ ਵੀ ਬਹੁਤ ਮੇਰੇ ਸਤਿਕਾਰਯੋਗ ਹੈ ਅਜੇ ਵੀ ਬਹੁਤ ਜ਼ਿਆਦਾ, ਪਰ ਹੁਣ ਜਦੋਂ ਸਾਰਾ ਕੁਛ ਕੁਰਸੀਆਂ ਲੈ ਕੇ ਢੀਂਡਸਾ ਸਾਹਿਬ ਵੀ ਨਾਲੇ ਹੁੰਦੇ ਸੀਗੇ, ਕੋਰ ਕਮੇਟੀ 'ਚ ਵੀ ਬਹਿੰਦੇ ਹੁੰਦੇ ਸੀਗੇ, ਇਹ ਗੱਲਾਂ ਹੁੰਦੀਆਂ ਰਹਿਣੀਆਂ। ਢੀਂਡਸਾ ਸਾਹਿਬ ਨੇ ਅੱਗੇ ਕਿੰਨਾ ਕੁ ਖਾਲਿਸਤਾਨ ਮੰਗਿਆ ਜਾਂ ਪਰਮਿੰਦਰ ਢੀਂਡਸਾ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ। ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ, ਕੋਈ ਆਪਾਂ ਹੁਣ ਮੈਂ ਤੁਹਾਡੇ ਤੇ ਕੋਈ ਗੱਲਾਂ ਨਹੀਂ, ਉਦਾਂ ਦੋ ਚਾਰ ਇੱਧਰ ਨੂੰ ਕਰਦੇ ਹਾਂ। ਕਿਸੇ ਨੇ ਮੰਗਿਆ ਨਹੀਂ ਮੰਗਿਆ, ਉਹ ਗੱਲ ਵੱਖਰੀ ਹੈ। ਤੁਹਾਡੀ ਪਾਰਟੀ ਕੀ ਮੰਨਦੀ ਹੈ? ਤੁਹਾਡੀ ਪਾਰਟੀ ਨੂੰ ਲੱਗਦਾ ਕਿ ਲੈਣਾ ਚਾਹੀਦਾ ਜਾਂ ਫਿਰ ਮੰਗਣਾ ਚਾਹੀਦਾ? ਲੈਣਾ ਔਰ ਮੰਗਣਾ, ਮੈਂ ਇਹ ਗੱਲ ਤੁਹਾਨੂੰ ਪੁੱਛ ਰਿਹਾ। ਮੰਗਣਾ ਨਹੀਂ, ਮੈਂ ਦੇਖੋ ਇੱਥੇ ਮੈਂ ਤੁਹਾਨੂੰ ਬਿਲਕੁਲ ਕਹਿੰਦਾ ਜੀ, ਇੱਥੇ ਮੈਂ ਨਹੀਂ ਕਹਿੰਦਾ ਵੀ ਮੰਗਣਾ ਇੱਦਾਂ ਲੈਣਾ ਚਾਹੀਦਾ। ਤੁਸੀਂ ਇਹ ਮੰਨਦੇ ਹੋ ਕਿ ਲੈਣਾ ਚਾਹੀਦਾ? ਉਹ ਲੈਣਾ, ਪਰ ਅਸੀਂ ਉਹ ਜਿਹੜਾ ਪੰਜਾਬ ਵਾਲਾ ਹਾਲਤ ਕਰਾ ਕੇ ਨਹੀਂ ਲੈਣਾ ਚਾਹੁੰਦੇ। ਨਹੀਂ, ਉਹ ਜਿਹੜਾ ਪੰਜਾਬ ਵਾਲਾ ਪਹਿਲਾਂ ਹੋ ਗਿਆ, ਤੇ ਇੱਥੇ ਮੈਨੂੰ ਭਾਈ ਸਾਹਿਬ ਪੂਰੇ 32 ਸਾਲ ਹੋ ਗਏ ਅਮਰੀਕਾ 'ਚ, ਆ ਜਿਹੜਾ ਜਿੰਦਾਬਾਦ ਮੁਰਦਾਬਾਦ ਕਰਕੇ ਪੈਸੇ ਇਕੱਠੇ ਏਦਾਂ ਦੇ ਖਾਲਿਸਤਾਨ ਵਿੱਚ ਸਾਨੂੰ ਨਹੀਂ ਚਾਹੀਦਾ। ਹਾਂਜੀ, ਸਾਨੂੰ ਬੜਾ ਪੀਸਫੁਲ ਪਹਿਲਾਂ ਸਭ ਤੋਂ ਪਹਿਲਾਂ ਪੁੱਛਣਾ ਪਊਗਾ ਖਾਲਿਸਤਾਨ ਚਾਹੀਦਾ ਤੁਹਾਨੂੰ? ਚਾਹੀਦਾ ਨਹੀਂ, ਆਪਣੇ ਮੰਜੇ ਥੱਲੇ ਪਹਿਲਾਂ ਜਿਹੜੇ ਤੁਸੀਂ, ਮੈਂ ਉਹੀ ਗੱਲ, ਜੇ ਮੈਂ ਉਹ ਬੰਦਿਆਂ ਦੀ ਗੱਲ, ਪਹਿਲਾਂ ਅਸੀਂ US ਸਿਟੀਜ਼ਨ ਹਾਂ, ਸਾਨੂੰ ਉੱਥੇ ਜਾਣਾ ਪਊਗਾ, ਸਾਨੂੰ ਸਿਟੀਜ਼ਨ ਕੈਂਸਲ ਕਰਾ ਕੇ ਇੰਡੀਆ 'ਚ ਜਾਣਾ ਪਊਗਾ। ਅਸੀਂ ਉਹਨਾਂ ਮਾਵਾਂ ਦੇ ਪੁੱਤ ਆਪਤਾ ਸੀ, ਆਪਣੇ ਪਰਿਵਾਰ ਕਰਨੇ ਸੈਟਲ, ਅਸੀਂ ਕਿਸੇ ਉਹਨਾਂ ਮਾਵਾਂ ਦੇ ਪੁੱਤ ਨਹੀਂ ਬਣਾਉਣਾ ਚਾਹੁੰਦੇ ਛੋਟੇ ਛੋਟੇ, ਜੋ ਕੁਛ ਹੁਣ ਵੀ ਤੁਹਾਨੂੰ ਪਤਾ ਜੋ ਕੁਛ ਹੁੰਦਾ ਹੈ, ਕਿਉਂਕਿ ਜੋ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸ ਤਰੀਕੇ ਦਾ ਖਾਲਿਸਤਾਨ ਚਾਹੁੰਦਾ? ਚਲੋ ਤੁਸੀਂ ਦੱਸੋ, ਤੁਸੀਂ ਬਾਕੀ ਹੋਰ ਤੁਸੀਂ ਸਾਰਿਆਂ ਨੂੰ ਛੱਡੋ, ਤੁਸੀਂ ਆਪਣੀ ਪਾਰਟੀ ਦਾ ਸਟੈਂਡ ਦੱਸੋ, ਤੁਸੀਂ ਕਿਵੇਂ ਚਾਹੁੰਦੇ? ਕੋਈ ਵੱਖਰਾ, ਅਸੀਂ ਕੋਈ ਵੱਖਰਾ ਖਾਲਿਸਤਾਨ ਨਹੀਂ ਮੰਗਦੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵੱਖਰਾ ਹੋਊਗਾ, ਸਾਰੇ ਸਿੱਖਾਂ ਦਾ, ਸਾਰੇ ਸਿੱਖ ਇੱਕ। ਤੁਹਾਨੂੰ ਪਤਾ ਤਾਂ ਹੈ ਆਪਣੇ ਸਿੱਖਾਂ ਦੀ ਹਾਲਤ, ਮਤਲਬ ਮੈਂ ਤੁਹਾਡੇ ਮਤਲਬ ਆਉਣੇ ਆ ਨਹੀਂ ਕਹਿ ਸਕਦਾ ਵੀ ਹੁਣ ਜੇ ਆਪਾਂ ਦੋ ਤੁਸੀਂ ਇੱਕ ਪਹਿਲਾਂ ਕੁਐਸਚਨ ਕੀਤਾ, ਜਦੋਂ ਆਪਾਂ ਜਥੇਦਾਰ ਨੂੰ ਇਹ ਚੈਲੰਜ ਕਰੀ ਜਾਂਦੇ ਹਾਂ, ਜਦੋਂ ਜਥੇਦਾਰ ਨੂੰ ਇਹ ਹਰੇਕ ਬੰਦਾ ਚੈਲੰਜ ਕਰਕੇ ਭਗਵੰਤ ਮਾਨ ਨੇ ਕਹਿਤਾ ਆਪਾਂ, ਮੈਨੂੰ ਮੈਂ ਤੁਹਾਨੂੰ ਬੇਨਤੀ ਕਰਦਾ ਆਲੂਵਾਲੇ ਸਾਹਿਬ, ਤੁਸੀਂ ਬੜੇ ਸਿਆਣੇ ਆ, ਤੇ ਮੈਨੂੰ ਤੁਸੀਂ ਦੱਸੋ ਵੀ ਆ ਜਿਹੜੇ ਵੀਰ ਜਾਂ ਕਲਰ ਇਹ ਹੋਰ ਕਿੱਦਾਂ ਦਾ ਖਾਲਿਸਤਾਨ, ਜੇ ਇੱਕ ਗੱਲ ਮਤਲਬ ਜੇ ਖਾਲਿਸਤਾਨ ਦੇ ਹੈਡਾਂ ਕਿਤੇ ਹੈਡਾਂ ਮਿਲ ਜਾਂਦਾ ਹੁੰਦਾ ਮਤਲਬ ਕਿ ਨੁਕਸਾਨ, ਜਦੋਂ ਹਿੰਦੂ ਮੰਗਦੇ ਆ, ਰੱਖੋ ਹਿੰਦੂ ਬਿਲਕੁਲ ਆਪਣਾ ਹਿੰਦੂ ਰਾਜ ਮੰਗਦੇ ਨੇ, ਉੱਥੇ ਤੁਹਾਨੂੰ ਪਤਾ ਹੋਰ ਵੀ ਮੁਸਲਮਾਨ ਉੱਥੇ ਸ਼ਰੇਆਮ ਕਹਿੰਦੇ ਨੇ ਕਿ ਹਿੰਦੁਸਤਾਨ ਸਾਡਾ ਹਿੰਦੂਆਂ ਦਾ, ਉਹ ਤਾਂ ਸ਼ਰੇਆਮ ਬਿਆਨ ਸਾਹਮਣੇ ਕਿਹੜੇ, ਉਹ ਤਾਂ ਆਲਰੇਡੀ ਹਿੰਦੁਸਤਾਨ ਨਾਮ ਦਿੱਤਾ ਤੇ ਆਲਰੇਡੀ ਬਣ ਗਿਆ। ਮੈਂ ਜਿਹੜੀ ਗੱਲ ਤੁਹਾਨੂੰ ਪੁੱਛਣਾ, ਸ਼੍ਰੋਮਣੀ ਅਕਾਲੀ ਦਲ ਬਾਦਲ, ਤੁਸੀਂ ਕਿਹਾ ਕਿ ਅਸੀਂ ਬਿਲਕੁਲ ਜਿਹੜਾ ਹੈਗਾ ਸਾਨੂੰ ਲੈਣਾ ਚਾਹੀਦਾ, ਰਾਈਟ? ਜੇ ਸਰਕਾਰ ਸਾਨੂੰ ਦੇ ਨਹੀਂ, ਤੁਸੀਂ ਕਿਹਾ ਕਿ ਸਾਨੂੰ ਸਰਕਾਰ ਦੇਗੀ ਤੇ ਲੈ ਲਾਂਗੇ, ਪਰ ਤੁਸੀਂ ਕਲੀਅਰ ਨਹੀਂ ਕੀਤਾ ਹਜੇ ਤੱਕ ਕਿ ਕਿਸ ਤਰੀਕੇ ਦਾ ਲਵਾਂਗੇ। ਮੈਂ ਤੁਹਾਨੂੰ ਜਿਹੜਾ ਤੁਸੀਂ ਵਰਜਨ ਲਿਆ ਵੀ ਜਥੇਦਾਰ ਸਾਹਿਬ ਨੇ ਕਿਹਾ ਸਾਨੂੰ ਮਿਲ ਜੂਗਾ, ਰਾਈਟ? ਹਾਂ, ਨਹੀਂ ਕਿਉਂਕਿ ਮੈਨੂੰ ਮੈਂ ਇਸ ਕੋਰਸ ਦਾ ਪ੍ਰੈਜ਼ੀਡੈਂਟ ਹਾਂ, ਮੈਨੂੰ ਕੀ ਰਾਈਟ ਆ ਮੈਂ ਪਾਰਟੀ ਦੇ ਉੱਪਰ ਜਾ ਕੇ ਬਿਆਨ, ਜਿਵੇਂ ਕਈ ਕਹਿੰਦੇ ਆ, ਮੈਂ ਤੁਹਾਨੂੰ ਕਹਿੰਦਾ ਸਾਨੂੰ ਖਾਲਿਸਤਾਨ ਮਿਲ ਜੂਗਾ, ਅਸੀਂ ਬੜੇ ਚਾਅ ਨਾਲ ਲਵਾਂਗੇ। ਪਰ ਅਗੇਨ ਜਿਹੜੀ ਮੇਰੀ ਗੱਲ ਹੈ, ਸਿੱਖ ਇੱਕ ਸਾਡੀ ਵੀ ਬੇਨਤੀ, ਮੈਂ ਨਹੀਂ ਕਹਿੰਦਾ, ਜਥੇਦਾਰ ਸਾਹਿਬ ਨੇ ਕਿਹਾ ਤੁਸੀਂ ਤਾਂ ਰੋਜ਼ ਪ੍ਰੋਗਰਾਮ ਕਰਦੇ, ਘੱਟੋ ਘੱਟ ਇੰਨਾ ਤਾਂ ਦੇਖ ਲਓ, ਇੰਨਾ ਕੁ ਹਿਸਾਬ ਲਾ ਲਓ ਵੀ ਅਸੀਂ ਸਿੱਖ ਅਸੀਂ ਹੈ ਕਿੱਥੇ ਖੜੇ ਹਾਂ। ਜੇ ਇਕੱਲਾ ਜੇ ਇੱਦਾਂ ਖਾਲਿਸਤਾਨ ਜ਼ਿੰਦਾਬਾਦ ਨਾਲ ਮਿਲਦਾ, ਮੈਂ ਵੀ ਸਿੱਖ ਦੇ ਪਰੇਡ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਤੇ ਸੀ, ਬਹੁਤ ਸਾਰੇ ਬੰਦੇ ਨੇ ਵਾਇਰਲ ਕੀਤੀ ਸੀ ਮੇਰੀ, ਵੀ ਪਤਾ ਨੀ ਮੇਰੀ ਪ੍ਰਧਾਨਗੀ ਲੱਗ ਚੁੱਕੀ, ਮੈਨੂੰ ਉਹ ਚੀਜ਼ਾਂ ਦੇ ਨੀ ਹੈਗਾ। ਅਸੀਂ ਸਿੱਖਾਂ ਵੀਰ, ਅਸੀਂ 1984 ਵਿੱਚ ਪਰਿਵਾਰਕ ਤੌਰ ਤੇ ਇਹ ਸਾਰਾ ਪੁਲਿਸ ਦਾ ਉਹ ਹੰਡਾਇਆ ਖਾਲਿਸਤਾਨ। ਹੁਣ ਜੇ ਤੁਸੀਂ ਕਹਿ ਦੋ, ਮੈਂ ਤੁਹਾਨੂੰ ਕਹਿੰਦਾ ਜੀ ਅਸੀਂ ਸਾਨੂੰ ਐਂ ਮਿਲ ਜਾਵੇ, ਅਸੀਂ ਉਹ ਜਿਹੜਾ ਹਾਲਤ ਹੋਇਆ ਉਹ ਨਹੀਂ ਕਰਾਉਣਾ ਚਾਹੁੰਦੇ। ਹਾਂ, ਸਾਨੂੰ ਕਿਸੇ ਤਰੀਕੇ ਨਾਲ ਸਾਨੂੰ ਜਿਹੜੇ ਵੀ ਵੀਰ ਮੰਗਦੇ ਆ, ਮੈਂ ਨੀ ਕਿਸੇ ਦਾ ਕਿਉਂਕਿ ਆਪਣੇ ਸਾਰੇ ਮਿੱਤਰ ਆ, ਬਿਲਕੁਲ ਸਹੀ ਤਰੀਕੇ ਨਾਲ ਜੇ ਮੰਗਦੇ ਆ, ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋਊਗਾ ਨਾ। ਜੇ ਹੁਣ ਮੈਂ ਵੱਖਰਾ ਮੰਗ ਲਿਆ ਤੇ ਆਮ ਆਦਮੀ ਨੇ ਵੱਖਰਾ ਮੰਗ ਲਿਆ, ਇੱਥੇ ਵਾਲੇ ਅਮਰੀਕਾ ਨੇ ਅਕਾਲੀ ਸਿੱਖਾਂ ਨੇ ਵੱਖਰਾ ਮੰਗ ਲਿਆ। ਲਾਈਨ ਤੇ ਖਰੜਾ ਸਾਹਿਬ ਬਣੇ ਰਹੋ, ਕਾਲਰਸ ਕਾਫੀ ਸਾਰੇ ਨੇ, ਇੱਕ ਅੱਧੀ ਕਾਲ ਲੈ ਲੈਣੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਮੈਂ ਜੀ ਪ੍ਰਿਤਪਾਲ ਬੋਲਦਾ ਜੀ। ਪ੍ਰਿਤਪਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਬਸ ਇਹ ਜੋ ਅੱਜ ਦਾ ਮੁੱਦਾ ਹੈ। ਹਾਂਜੀ ਬੋਲੋ, ਤੁਸੀਂ ਆਨ ਏਅਰ ਹੋ, ਤੁਸੀਂ ਆਨ ਏਅਰ ਹੋ, ਆਪਣੀ ਗੱਲ ਕਰ ਸਕਦੇ ਹੋ। ਹਾਂਜੀ ਠੀਕ ਹੈ, ਓਕੇ, ਥੈਂਕ ਯੂ ਜੀ। ਹਾਂਜੀ ਓਕੇ ਜੀ, ਤੁਸੀਂ ਆਪਣੀ ਗੱਲ ਕਰ ਸਕਦੇ ਹੋ, ਕੀ ਕਹਿਣਾ ਚਾਹੋਗੇ? ਪ੍ਰਿਤਪਾਲ ਜੀ, ਤੁਹਾਨੂੰ ਸੁਣ ਰਹੇ ਨੇ ਸਾਰੇ। ਹਾਂਜੀ ਦੇਖੋ ਜੀ, ਮੈਂ ਗੱਲ ਅੱਜ ਚੱਲ ਰਹੀ ਆਪਣੇ ਖਾਲਿਸਤਾਨ ਬਾਰੇ,
ਤੇ ਮੈਂ ਉਸ ਗੱਲ ਤੇ ਇਹੀ ਗੱਲ ਕਹਿ ਰਿਹਾ ਵੀ ਖਾਲਿਸਤਾਨ ਜਿਹੜਾ ਇਹ ਛੋਟੀ ਜਿਹੀ ਗੱਲ ਦੀ ਸਾਨੂੰ ਮੰਗਿਆ ਨਹੀਂ ਮਿਲਦਾ। ਹਾਂਜੀ, ਕੋਈ ਵੀ ਸਿੱਖ ਕੋਈ ਨਹੀਂ ਚਾਹੁੰਦਾ ਵੀ ਸਾਨੂੰ ਖਾਲਿਸਤਾਨ ਨਾ ਮਿਲੇ, ਇਹ ਮੰਗਿਆ ਨਹੀਂ ਚੀਜ਼ ਮਿਲਦੀ। ਮੇਰੇ ਕੋਲ ਕੋਈ ਚੀਜ਼ ਮੰਗੇ ਤੇ ਮੈਂ ਆਪਣੇ ਘਰ ਦੀ ਚੀਜ਼ ਕਿਤਾ ਕਿਸੇ ਨੂੰ ਦੇ ਦਾਂਗਾ, ਉਹ ਖੋਣੀ ਪੈਣੀ। ਸਭ ਤੋਂ ਮੇਨ ਗੱਲ ਹੈ ਜਿਹੜੀ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿਹੜੇ, ਉਹ ਇਹੋ ਜਿਹੇ ਜਥੇਦਾਰ ਹੋਣੇ ਚਾਹੀਦੇ ਨੇ। ਅੱਜ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਪਿੱਛੇ ਕੌਣ ਲੱਗਾ? ਕੋਈ ਵੀ ਨਹੀਂ। ਮੈਂ ਖੁਦ ਨਹੀਂ ਉਹਨਾਂ ਦੇ ਨਾਲ ਹੈਗਾ। ਜੀ 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 ਪ੍ਰਿਤਪਾਲ ਜੀ, ਅਸੀਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ, ਤੁਹਾਡੀ ਅਸੀਂ ਗੱਲ ਸਮਝ ਵੀ ਲਈ, ਸੁਣ ਵੀ ਲਈ। ਸਾਨੂੰ ਇੱਥੇ ਇੱਕ ਬ੍ਰੇਕ ਲੈਣੀ ਪੈ ਰਹੀ ਹੈ ਕਿਉਂਕਿ ਸਾਨੂੰ ਇਜਾਜ਼ਤ ਇੱਥੇ ਇੱਕ ਬ੍ਰੇਕ ਲੈਣ ਦੀ ਲੈ ਰਿਹਾ ਕਿਉਂਕਿ ਕਾਫੀ ਸਾਰੇ ਕਾਲਰਸ ਨੇ, ਉਹਨੂੰ ਵੀ ਮੈਂ ਸੁਣੂੰਗਾ ਬ੍ਰੇਕ ਤੋਂ ਬਾਅਦ। ਫਿਲਹਾਲ ਰੁਕ ਰਿਹਾ ਇੱਕ ਨਿੱਕੀ ਜਿਹੀ ਬ੍ਰੇਕ ਲਈ। ਸਵਾਗਤ ਹੈ, ਮੈਂ ਸਮਾਂ ਜ਼ਿਆਦਾ ਨਾ ਲੈਂਦਾ ਹੋਇਆ ਇੱਕ ਘੰਟੇ ਤੋਂ ਪਿਛਲੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ, ਵੇਟਿੰਗ 'ਤੇ ਮੈਂ ਕਾਲਰ ਲੈਣੀ ਸ਼ੁਰੂ ਕਰਾਵਾਂਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਹਰਪ੍ਰੀਤ ਸਿੰਘ ਜੀ, ਮੈਂ ਆਪਣੇ ਨਿਊਯਾਰਕ ਤੋਂ ਰੇਸ਼ਮ ਸਿੰਘ ਬੋਲਦਾ ਜੀ। ਸਤਿ ਸ਼੍ਰੀ ਅਕਾਲ ਰੇਸ਼ਮ ਸਿੰਘ ਜੀ, ਕੀ ਕਹਿਣਾ ਚਾਹੋਗੇ? ਤੁਹਾਡਾ ਮੁੱਦਾ ਅਕਾਲ ਸਾਹਿਬ ਤਖ਼ਤ ਦੇ ਜਥੇਦਾਰ ਸਾਹਿਬ ਜੀ ਫਰਮਾ ਰਹੇ ਆ ਕਿ ਅਗਰ ਭਾਰਤ ਸਰਕਾਰ ਸਾਨੂੰ ਖਾਲਿਸਤਾਨ ਦੇ ਦੇਵੇ ਤਾਂ ਅਸੀਂ ਲੈ ਲਵਾਂਗੇ ਜੀ। ਇਸ ਗੱਲ ਦੀ ਅਹਿਮੀਅਤ ਜਾਣਨ ਵਾਸਤੇ ਸਾਨੂੰ ਇਸ ਬਿਆਨ ਦੀ ਡੂੰਘਾਈ ਤੱਕ ਜਾਣਨਾ ਪਏਗਾ ਕਿ ਅਕਾਲ ਤਖ਼ਤ ਦਾ ਜਥੇਦਾਰ ਕਿਸੇ ਮੌਕੇ ਹੋਇਆ ਕਰਦੇ ਸੀਗੇ ਜੋਗਿੰਦਰ ਸਿੰਘ ਬਦੰਤੀ, ਉਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸੀ ਬੀਬੀ ਜਗੀਰ ਕੌਰ, ਉਹਨਾਂ ਨੇ ਉਹਨੂੰ ਬਰਖਾਸਤ ਕਰਤਾ। ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਉਂ ਹਟਾ ਦਿੱਤਾ ਉਹਨਾਂ ਦੀ ਮਤਲਬ ਸੇਵਾ ਤੋਂ? ਉਹ ਕਹਿੰਦੇ ਸਾਡਾ ਨੌਕਰ ਆ, ਵੀ ਤੁਹਾਨੂੰ ਕੀ ਤਕਲੀਫ਼ ਆ, ਅਸੀਂ ਨੌਕਰ ਨੂੰ ਜਦ ਮਰਜ਼ੀ ਹਟਾ ਲਈ ਜਦ ਮਰਜ਼ੀ ਰੱਖ ਲਈਏ। ਉਹ ਤੋਂ ਬਾਅਦ ਫਿਰ ਭਾਈ ਰਣਜੀਤ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਬਣੇ ਆ 1699 ਦੇ ਵਿੱਚ, ਜਦੋਂ ਖਾਲਸੇ ਦਾ 300 ਸਾਲਾ ਜਨਮ ਦਿਨ ਸੀ, ਤੇ ਉਹਨਾਂ ਨੇ ਪਹਿਲਾਂ ਮਤਲਬ ਗੁਰਚਰਨ ਸਿੰਘ ਅਟੋੜਾ ਨੂੰ ਕੱਢਿਆ ਤੇ ਉਹ ਕਹਿੰਦੇ ਤੁਸੀਂ ਚੁੱਪ ਕਰਕੇ ਨਾ ਲੜੋ, ਤੁਸੀਂ ਅਕਾਲ ਆਪਣੇ 300 ਸਾਲਾ ਮਨਾ ਲਓ ਖਾਲਸੇ ਦਾ। ਉਹਨਾਂ ਨੇ ਕੰਨੋਂ ਫੜ ਕੇ ਭਾਈ ਰਣਜੀਤ ਸਿੰਘ ਜੋ ਉਸ ਵੇਲੇ ਅਕਾਲ ਤਖ਼ਤ ਦੇ ਜਥੇਦਾਰ ਸਰਦਾਰ ਭੁਪਿੰਦਰ ਸਿੰਘ ਖਾਲਸਾ ਜੀ, ਮੈਂ ਮੇਰੇ ਵੱਡੇ ਭਰਾ ਨੇ, ਮੈਂ ਗੱਲਾਂ ਸੁਣੀਆਂ ਨੇ, ਅੱਗੇ ਵੀ ਮੈਂ ਸੁਣਦਾ ਰਿਹਾ ਆ, ਮੈਨੂੰ ਇਹ ਨੀ ਸਮਝ ਆਉਂਦੀ ਅਸੀਂ ਕਿੰਨੇ ਕੁ ਸਿਆਣੇ ਆ ਜੀ, ਜਿਹੜੀਆਂ ਧਰਾਂ ਬੈਠੀਆਂ ਕਿੰਨੇ ਕੁ ਸਿਆਣੇ ਆ ਵੀ ਅਕਾਲ ਤਖ਼ਤ ਸਾਹਿਬ ਨੂੰ ਅਸੀਂ ਹੀ ਚੈਲੰਜ ਕਰ ਰਹੇ ਹਾਂ ਜੀ 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 ਜੀ। ਹੈਲੋ, ਮੈਂ ਦਰਸ਼ਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਆਪਣੀ ਟੀਵੀ ਸੈੱਟ ਦੀ ਜਿਹੜੀ ਵੋਲਿਊਮ ਹੈ ਉਹਨੂੰ ਘੱਟ ਕਰ ਲਓ ਤਾਂ ਕਿ ਤੁਹਾਡੀ ਆਵਾਜ਼ ਪਹੁੰਚ ਜਾਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਰਹੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਆਪਣਾ ਜਿਹੜਾ ਅੱਜ ਦਾ ਮੁੱਦਾ ਤੁਹਾਡਾ ਚੱਲ ਰਿਹਾ ਖਾਲਿਸਤਾਨ ਦੇ ਸੰਦਰਭ, ਜਿਹੜਾ ਜਥੇਦਾਰ ਸਾਹਿਬ ਨੇ ਜਵਾਬ ਦਿੱਤਾ ਜੀ, ਆਪਦਾ ਬਿਆਨ ਦਿੱਤਾ। ਹਾਂਜੀ, ਮੇਰਾ ਨਾਮ ਮਨਜੀਤ ਸਿੰਘ ਹੈ, ਮੈਂ ਇੱਥੋਂ ਬੋਲ ਰਿਹਾ USA ਤੋਂ ਜੀ। ਦੇਖੋ ਜੀ, ਪਹਿਲੀ ਤਾਂ ਗੱਲ ਇਹ ਆ, ਇਹੋ ਜਿਹੇ ਬਿਆਨ ਜਥੇਦਾਰਾਂ ਦੇ ਮੂੰਹ ਚ ਪਾਏ ਜਾਂਦੇ ਨੇ ਜੀ, ਇਹ ਜਥੇਦਾਰਾਂ ਦੇ ਮੂੰਹ ਦੇ ਵਿੱਚ ਬਿਆਨ ਪਾਏ ਜਾਂਦੇ ਨੇ, ਔਰ ਚਾਹੇ ਸੁਖਬੀਰ ਸਿੰਘ ਬਾਦਲ ਨੂੰ ਲੈ ਲਓ, ਚਾਹੇ ਤੁਸੀਂ ਕੈਪਟਨ ਸਾਹਿਬ ਨੂੰ ਲੈ ਲਓ, ਇਹ ਤਾਂ ਸਿੱਖ ਕੌਮ ਦੇ ਮਸੰਦ ਨੇ ਜੀ। ਹਾਵੀ ਜਿਹੜੇ ਤੁਹਾਡੇ ਚੈਨਲ ਤੇ ਆਉਂਦੇ ਨੇ ਗਾਂ, ਉਹਨਾਂ ਦੇ ਚੇਲੇ ਚਾਟੇ, ਇਹ ਕਿਉਂ ਇੱਕ ਚੰਡੀਗੜ੍ਹ ਤਾਂ ਲੈ ਨੀ ਸਕੇ ਅਸੀਂ ਅੱਜ ਤੱਕ ਜੀ ਜੀ ਜੀ। ਹਾਂਜੀ, ਤੇ ਕਿੱਥੋਂ ਦੀਆਂ ਗੱਲਾਂ ਕਰਦੇ ਨੇ, ਕਿਉਂ 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 ਬਾਕੀ ਜਿਹੜਾ ਬਹੁ ਗਿਣਤੀ ਭਾਈਚਾਰਾ, ਹਿੰਦੂ ਭਾਈਚਾਰਾ ਜਿਹੜਾ ਦੇਸ਼ ਦੇ ਵਿੱਚ ਆ, ਭੁਪਿੰਦਰ ਸਿੰਘ ਖਾਲਸਾ ਹੋਰਾਂ ਦੇ ਮੈਂ ਕਲੋਜ਼ਿੰਗ ਕਮੈਂਟ ਲੈ ਲਵਾਂ। ਭੁਪਿੰਦਰ ਸਿੰਘ ਖਾਲਸਾ ਜੀ, ਤੁਸੀਂ ਆਪਣੀ ਗੱਲ ਨੂੰ ਕੰਪਲੀਟ ਕਰਕੇ ਪਲੀਜ਼ ਆਪਣੇ ਕਲੋਜ਼ਿੰਗ ਕਮੈਂਟ ਦਿਓ। ਦੇਖੋ, ਤੁਹਾਡੇ ਕਾਲਰਸ ਵੀ ਜਿਹੜੀ ਗੱਲ ਕਹਿ ਰਹੇ ਆ ਜੀ ਕਿ ਅਸੀਂ ਚੰਡੀਗੜ੍ਹ ਤੇ ਲੈ ਨਹੀਂ ਸਕੇ ਜੀ,
मैं अपील करदा जहेदार साहब ने एक गल वधिया कीती आ जी, और जदों दे ए नियुक्त होए ने सानू आस सीगी कि जहेदार हरप्रीत सिंह जी साडी कौम वास्ते एक बहुत ही वधिया बहुत ही जबरदस्त जहेदार जिहड़े आ ओह साबित होणगे जी। उन्हां ने एक गल चंगी कीती आ जी कि सारी के सिख कौम नूं एकजुट होना चाहीदा। बिल्कुल, इस गल दी असीं उन्हां दी कदर करदे आ। ठीक है, दूसरी गल मैं एक मिनट, दूसरी गल के जो असी लै लवांगे जां दे देवांगे, एक गल जहेदार साहब नूं याद रखनी चाहीदी आ, कोई किसी को राज ना दे है, जो ले है निज बल से ले है। और कदी इस तरह किसी नूं राज भी मिलिया, कदी इस तरह किसी नूं देश भी मिलिया, क्यों आपां कौम नूं जिहड़ा गलत लिए पाउण दे जिहड़े राह दे तुर पए आ। मैं इन्नी गल कहूंगा, और मैं अपने वीरां नूं जिहड़े भी कोई सियाणे दे जां दूजे कमेंट करदे उहनां नूं कहूंगा अपनी झोली अपने जिहड़ी थल्ले सोटा मारा। मेहरबानी मेहरबानी तुहाडी भुपिंदर सिंह खालसा जी साडे नाल जुड़े। समां मेरे कोल बहुता नहीं हैगा, मैं तुहानूं सुनना चाहुंदा सीगा, पर मैं अपने दर्शकां तों मुड़ तों माफ़ी मंगांगा जिहनां दी मैं कॉल्स नहीं चक सकिया। तुसीं ईमेल राहीं मैनूं लिख के भेज सकदे हो harkeerat@justbroadcasting.com, info@justbroadcasting.com दे उत्ते। फिलहाल अज दे इस प्रोग्राम दे विच इन्ना ही, मैनूं दवो इजाजत। इस ब्रेक तो बाद तुसीं जरूर वेखना जलवे जग्गी दे। सत श्री अकाल।